मन पीवे सुन शब्द विचार चिम चिम बरसे अमृत धार। सारी संगतां नूं गुरप्रीत सिंह वल्लों जी आयां नूं आप सब संगतां दा इस खास प्रोग्राम स्वागत है जी। संगत जी, प्रोग्राम विच जो खालसे दे प्रगट दिवस दे संबंधी गुरमत विचारां दी सांझ चलदी पई है, उसे लड़ी नूं ही आपां अज होर अगे तोरना है। साढ़े नाल श्री मन संत बाबा तेजा सिंह जी, डेरा गुरु साहिब खुड्डा। बाबा जी, आप जी साडे प्रोग्राम विच शामिल होए हो, फतेह अर्ज करते आप जी दा स्वागत करदे हां जी। वाहेगुरु जी का खालसा, वाहेगुरु जी की फतेह। सो इस दिहाड़े संबंधी असीं चाहवांगे कि जो खालसे दा इतिहास है, गुरु साहिब जी दीआं देणां बख्शिशां ने, उस बारे कुछ गुरमत विचारां दी सांझ साडे नाल करो जी। खालसा पंथ विच शुरुआत भगती तो हुई जी। और भगती नूं ये नहीं भी भगती पहला नहीं सी, भगती पहला भी सी, बहुत सारे लोग इस विच अपने पूरे भी सी और कर भी रहे सी, पर गुरु नानक देव जी ने एक वखरे नजरिए तो इस भगती भावना नूं शुरू किया। क्योंकि पहले इस भगती नूं करन वास्ते शूद्र जाति नूं, बिरद नूं, फिर विकलांग नूं, औरत नूं वो करन दा अधिकार नहीं। गुरु नानक देव महाराज ने क्या जो इको ही बाप दे पुत्र है, पिता दे, तो सानू ये अधिकार तो क्यों बन्या रखे गए। इस वास्ते महाराज ने ये भक्ति जिहड़ी सी किसे दी मोनोपोली नहीं, बल्कि सारयां नूं प्रेरित किया भी सारे जिहड़े आ उह सच्चारे पुरश बन और कूड़े दी पाल विच्चों निकल के ते ईश्वर नाल उहनां दा मिलाप होवे। जी, इह गुरु नानक देव दी बहुत वड्डी सोच सी जिहनूं गुरु नानक देव महाराज ने जपजी साहिब दी पहली पौड़ी विच ही ਇਹ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ ਦਾ ਸਿਧਾਂਤ ਦੇ ਕੇ ਔਰ ਸੰਪੂਰਨ ਜਿਹੜੀ ਬਾਣੀ ਹੈ ਉਹ ਇਸੇ ਸਿਧਾਂਤ ਨੂੰ ਮਤਲਬ ਸਿੱਧ ਕਰਨ ਵਾਸਤੇ ਸਤਿਗੁਰਾਂ ਨੇ ਉਚਾਰੀ ਕੀਤੀ। ਔਰ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਇਹ ਦੇਣ ਸੀ ਵੀ ਜਿਹੜੇ ਇਸ ਸਿਧਾਂਤ ਦੇ ਨਾਲ ਚਾਹੇ ਉਹ ਕਿਸੇ ਜਾਤੀ, ਕਿਸੇ ਇਲਾਕੇ, ਕਿਸੇ ਦੇਸ਼ ਦੇ ਭਗਤ ਹੋਏ, ਕੌਮ ਦੇ ਭਗਤ ਹੋਏ, ਪਹਿਲਾਂ ਹੋਏ ਜਾਂ ਮੌਜੂਦਾ ਹੋਏ, ਉਹਨਾਂ ਸਾਰਿਆਂ ਦੇ ਜਿਹਦੇ ਗੁਰਮਤ ਨਾਲ ਵਿਚਾਰਾਂ ਰੱਖਦੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਆਂਦਾ ਔਰ ਉਹ ਜਿਹੜਾ ਗੁਰੂ ਨਾਨਕ ਦੇ ਸਿਧਾਂਤ ਸੀ ਉਹਨੂੰ ਇੱਥੇ ਲੈ ਕੇ ਮੁਕਾਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀਓ। ਔਰ ਸਭ ਤੋਂ ਵੱਡਾ ਜਿਹੜਾ ਸੋਹੀ ਰਾਗ ਵਿੱਚ ਮਹਾਰਾਜ ਨੇ ਕਿਹਾ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਬਰਨਾ ਕੋ ਸਾਂਝਾ। ਔਰ ਇਹ ਗੁਰਮਤ ਦੀ ਜਿਹੜੀ ਸਭ ਤੋਂ ਵੱਡੀ ਪਹਿਲੀ ਇਸ ਭਗਤੀ ਮਾਰਗ ਵਿੱਚ ਸੋਚ ਔਰ ਦੇਣ ਸੀ ਨਾ, ਉਹ ਇਹ ਗੁਰਮਤ ਤੋਂ ਸ਼ੁਰੂ ਹੋਈ। ਉਸ ਤੋਂ ਬਾਅਦ ਜਦੋਂ ਇਹੀ ਭਗਤੀ ਚੱਲੀ, ਅਸਲ ਵਿੱਚ ਭਗਤੀ ਤੋਂ ਬਾਅਦ ਸ਼ਕਤੀ ਦਾ ਪੈਦਾ ਹੋਣਾ ਇਹ ਇੱਕ ਬੜੀ ਸਿੱਧ ਗੱਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਭਗਤੀ ਚੋਂ ਪੈਦਾ ਹੋਈ ਸ਼ਕਤੀ ਦਾ ਜਿਹੜਾ ਸੀ ਨਾ ਇਜ਼ਹਾਰ ਇੱਕ ਸ਼ਬਦ ਵਿੱਚ ਕੀਤਾ। ਮਹਾਰਾਜ ਕਹਿੰਦੇ ਭੈ ਕਾਹੂ ਖੋ ਦੇਤ ਨੈ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹੀਂ ਬਖਾਨ। ਜਿਹੜਾ ਗਿਆਨਵਾਨ ਪੁਰਸ਼ ਹੈ ਜਿਹਨੂੰ ਭਗਤੀ ਚੋਂ ਗਿਆਨ ਦੀ ਊਰਜਾ ਜਿਹਨੂੰ ਪ੍ਰਾਪਤ ਹੋ ਗਈ, ਪਰਪੱਕ ਹੋ ਗਿਆ, ਉਹਨੂੰ ਆਪਣੇ ਆਤਮਕ ਆਨੰਦ ਦਾ ਜਿਹੜਾ ਸੀ ਉਹ ਸਵਾਦ ਆਉਣ ਲੱਗ ਪਿਆ, ਉਹ ਬ੍ਰਹਮ ਨਾਲ ਜੁੜ ਗਿਆ, ਤਾਂ ਉਹਨੂੰ ਬਾਅਦ ਵਿੱਚ ਨਾ ਕਿਸੇ ਦਾ ਭੈ, ਨਾ ਉਹ ਕਿਸੇ ਦਾ ਭੈ ਮੰਨਦਾ ਤੇ ਨਾ ਕਿਸੇ ਨੂੰ ਦਿੰਦਾ। ਸਤਿਗੁਰੂ ਕਹਿੰਦੇ ਅਸਲ ਵਿੱਚ ਗਿਆਨਵਾਨ ਪੁਰਸ਼, ਸੁਚਾਰਾ ਪੁਰਸ਼, ਗੁਰਮੁਖ ਪੁਰਸ਼, ਸੰਤ ਪੁਰਸ਼, ਬ੍ਰਹਮਜਨ ਪੁਰਸ਼ ਉਹੀ ਉਹੀ ਹੈ। ਜਦੋਂ ਇਹੀ ਭਗਤੀ ਗੁਰੂ ਅਰਜਨ ਦੇਵ ਜੀ ਵੇਲੇ ਦ੍ਰਿੜ ਹੋਈ, ਪਰ ਕੁਦਰਤੀ ਇਹ ਹੈ ਵੀ ਕੂੜ ਬੋਲੇ ਨੂੰ ਸੱਚ ਨਹੀਂ ਪਾਉਂਦਾ, ਤੇ ਜਿਹੜਾ ਉੱਲੂ ਹੈ ਉਹਨੂੰ ਸੂਰਜ ਜਿਹੜਾ ਆ ਉਹ ਅੱਛਾ ਨਹੀਂ ਲੱਗਦਾ, ਤਾਂ ਉਹਦੇ ਲਈ ਤਾਂ ਸੂਰਜ ਹੁੰਦਾ ਹੀ ਨਹੀਂ। ਤੇ ਜਿਹੜੇ ਸੱਚ ਦੀ ਆਵਾਜ਼ ਨੂੰ ਦਬਾਉਣ ਵਾਲੇ ਸੀ ਉਹਨਾਂ ਨੇ ਕਈ ਹੱਥ ਪੱਠੇ ਵਰਤ ਕੇ ਤਾਂ ਇਹ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਨਤੀਜਾ ਇਹ ਹੋਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੇ ਛੋਟੇ ਸਪੁੱਤਰ ਸੀ, ਆਗਿਆਕਾਰ ਸੀ ਔਰ ਭੱਟਾਂ ਦੇ ਕਹਿਣ ਅਨੁਸਾਰ
ਤੈਂ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਯਾਨੀ ਉਹਨਾਂ ਚ ਇੱਕ ਖਾਸੀਅਤ ਸੀ, ਉਹਨਾਂ ਦੀ ਇੱਕ ਸਖੀਅਤ ਸੀ ਕਿ ਉਹਨਾਂ ਨੇ ਜਨਮ ਸਮੇਂ ਤੋਂ ਹੀ ਆਪਣੇ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਆਗਿਆ ਚ ਰਹਿ ਕੇ ਗੁਰੂ ਨਾਨਕ ਦੇਵ ਜੀ ਦੀ ਉਸ ਭਗਤੀ ਮਾਰਗ ਦੇ ਵਿੱਚ ਪੂਰਾ ਉਤਰ ਕੇ ਤਾਂ ਜਨਮ ਸਮੇਂ ਤੋਂ ਹੀ ਗੁਰਮਤ ਗੁਰਮਤ ਨੂੰ ਧਾਰਨ ਕੀਤਾ, ਗੁਰਮਤ ਬੁੱਧੀ ਲਈ, ਔਰ ਫਿਰ ਬ੍ਰਹਮ ਪਛਾਣਿਓ ਜਿਹੜਾ ਜੀਵ ਦਾ ਲਕਸ਼ ਹੈ, ਤੇ ਬ੍ਰਹਮ ਦੀ ਪਹਿਚਾਣ ਕਰਕੇ ਬ੍ਰਹਮ ਚ ਭੇਦ ਹੋਣਾ, ਉਹ ਗੁਰੂ ਅਰਜਨ ਦੇਵ ਜੀ ਨੂੰ ਜਨਮ ਸਿੱਧ। ਇਸ ਕਰਕੇ ਫਿਰ ਉਹਨਾਂ ਦਾ ਕਿਸੇ ਨਾਲ ਬੈਰ ਭਾਵ ਵੀ ਨਹੀਂ ਸੀ, ਪਰ ਉਹਨਾਂ ਦਾ ਵੱਡਾ ਭਾਈ ਪਿਰਥੀਆ ਬੈਰ ਭਾਵ ਰੱਖਦਾ ਸੀ, ਔਰ ਇੱਥੇ ਤੱਕ ਕਿ ਗੁਰੂ ਅਰਜਨ ਦੇਵ ਜੀ ਨੂੰ ਜਿਹੜਾ ਸ਼ਹੀਦ ਕਰਾਉਣ ਵਿੱਚ ਵੱਡੇ ਭਾਈ ਪਿਰਥੀਏ ਦਾ ਔਰ ਜਿਹੜਾ ਚੰਦੂ ਖੱਤਰੀ ਸੀ, ਬ੍ਰਾਹਮਣ ਨਹੀਂ ਸੀ, ਖੱਤਰੀ ਸੀ, ਔਰ ਲਾਹੌਰ ਦਰਬਾਰ ਦਾ ਉਹ ਕਾਰਕੁਨ ਸੀ ਉਸ ਵੇਲੇ ਸੂਬਾ ਸੀ, ਇਹਨਾਂ ਦੋਨਾਂ ਨੇ ਆਪਣੀ ਆਪਣੀ ਸੋਚ ਨਾਲ ਜਿਹੜੀ ਉਹਨਾਂ ਨੂੰ ਉਹਨਾਂ ਤੋਂ ਦੁੱਖ ਹੋਇਆ, ਉਹਨੂੰ ਗੁਰਗੱਦੀ ਨਹੀਂ ਪ੍ਰਾਪਤ ਹੋਈ ਉਹਦੀ ਲੜਕੀ ਦੇ ਰਿਸ਼ਤੇ ਬਾਰੇ, ਇਤਿਹਾਸ ਵੀ ਦੱਸ ਰਿਹਾ ਵੀ ਉਹਦੇ ਨਾਲ ਇੰਨਾ ਬਖੁਦ ਖੜਾ ਕੀਤਾ ਵੀ ਗੁਰੂ ਅਰਜਨ ਦੇਵ ਜੀ ਨੂੰ ਅਕਾਰਨ ਬਿਨਾਂ ਕਿਸੇ ਦੂਸਰੇ ਤੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿੱਚ ਚੰਦੂ ਨੇ ਕਿਹਾ ਵੀ ਉਹ ਧਾੜਵੀ ਨੇ, ਲੁਟੇਰੇ ਨੇ, ਔਰ ਇਹ ਵੀ ਜ਼ਿਕਰ ਆਉਂਦਾ ਵੀ ਜਹਾਂਗੀਰ ਨੇ ਕਿਹਾ ਵੀ ਉਹਨਾਂ ਨੂੰ ਪੁੱਛੋ ਵੀ ਉਹਨਾਂ ਦਾ ਕਿੰਨੇ ਕੁ ਰੁਪਏ ਨਾ ਖਰਚੇ ਨਾ ਸਰਦਾ ਵੀ ਧਾੜਵੀ ਕੰਮ ਛੱਡ ਦੇਣ, ਤੇ ਪਰ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਚੰਦੂ ਨੇ ਉਹਨਾਂ ਕਿਹਾ ਨਹੀਂ ਜੀ, ਹੋਰ ਵੀ ਕਈ ਰਾਜਸੀ ਕਈ ਧਾਰਮਿਕ ਗੱਲਾਂ ਕਰਨ ਵਾਲੀਆਂ ਨੇ, ਉਹਨਾਂ ਤੋਂ ਟੈਕਸ ਵਸੂਲਣ ਵਾਲਾ ਆ, ਤੇ ਉਹ ਆਪ ਜਹਾਂਗੀਰ ਕਸ਼ਮੀਰ ਨੂੰ ਚਲਾ ਗਿਆ, ਔਰ ਚੰਦੂ ਨੇ ਉਹਨਾਂ ਦੇ ਉਸ ਜਾਣ ਤੇ ਨਾ ਬੋਲਣ ਤੇ ਉਹਦਾ ਜਿਹੜਾ ਨਜਾਇਜ਼ ਫਾਇਦਾ ਉਠਾਇਆ। ਔਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜਿਹੜੀ ਹੈ ਨਾ ਉਹ ਇੰਨੀ ਦੁਖਦਾਇਕ ਹੈ ਔਰ ਇੰਨੀ ਅਮਾਨਵੀ ਹੈ ਜਿਹੜੀ ਆਮ ਦੂਸਰੇ ਤੋਂ ਬਾਹਰ ਹੈ, ਤੇ ਕੁਦਰਤੀ ਗੱਲ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਅਗੰਬੜੇ ਪੁਰਖ ਪੈਦਾ ਹੋਏ ਤਾਂ ਉਹਨਾਂ ਨੂੰ ਰੋਹ ਪੈਦਾ ਹੋਇਆ ਵੀ ਜੇ ਸ਼ਾਂਤੀ ਨਾਲ ਹੀ ਦੁਸ਼ਟ ਨਹੀਂ ਸੋਧੇ ਜਾਂਦੇ ਨਹੀਂ ਮੰਨਦੇ ਤੇ ਤਲਵਾਰ ਦੇ ਉੱਤੇ ਮੁੜ ਕੇ ਹੱਥ ਲੈ ਆਉਣਾ ਇਹ ਕੋਈ ਪਾਪ ਕਰਮ ਨਹੀਂ ਹੈ। ਔਰ ਉਹਨਾਂ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਬੜੇ ਧਲੱਲੇਦਾਰ ਸ਼ਬਦਾਂ ਚ ਕਿਹਾ ਵੀ ਚੁਕਾਰ ਅਗਾ ਮਹੀਲ ਤੇ ਦਰ ਗੁਜ਼ਸ ਅਲਾਲਸ ਗੁਰਦੰਬਾ ਸ਼ਮਸ਼ੀਰ ਦਸ, ਤੇ ਸ਼ਮਸ਼ੀਰ ਦੀ ਦਸ ਲੈ ਜਾਣਾ ਆਪਣੇ ਅੱਖਾਂ ਦੀ ਰਾਖੀ ਕਰਨੀ, ਇਹ ਮਤਲਬ ਆਦਮੀ ਦੀ ਇੱਕ ਬੜੀ ਖੁੱਲ ਦਿੱਲੀ ਔਰ ਦਲੇਰੀ ਹੈ। ਇਹਦੇ ਵਿੱਚੋਂ ਹੀ ਜਿੱਦਾਂ ਸਿੱਖ ਇਤਿਹਾਸ ਹੀ ਸਾਖੀ ਦੱਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਪਟਨਾ ਸਾਹਿਬ ਵਿੱਚ, ਤੇ ਮਹਾਰਾਜ ਨੂੰ ਫਿਰ 7 ਸਾਲ ਦੀ ਉਮਰ ਚ ਮਦਰ ਦੇ ਸਾਮ ਕੋਲ ਲੈ ਆਏ, ਆਏ ਜਦੋਂ ਅਜੇ 6 ਸਾਲ 9 ਸਾਲ ਦੀ ਉਮਰ ਦੇ ਸੀਗੇ ਤਾਂ ਕਸ਼ਮੀਰ ਦੇ ਪੰਡਤਾਂ ਦਾ ਮਸਲਾ ਆਇਆ ਕਿ ਉਹਨਾਂ ਨੇ ਪੁਕਾਰ ਕੀਤੀ ਵੀ ਸਾਡੇ ਤੇ ਜਿਹੜਾ ਔਰੰਗਜ਼ੇਬ ਤਸ਼ੱਦਦ ਕਰ ਰਿਹਾ ਤੇ ਸਾਡੀ ਮਦਦ ਕਰੋ, ਤੇ ਉਸ ਵੇਲੇ ਦੇ ਬਾਲ ਗੋਬਿੰਦ ਦੇ ਬਚਨ ਜਿਹੜੇ ਸੀ ਬੜੇ ਪਾਵਰਫੁਲ ਸੀ ਕਿ ਪਿਤਾ ਜੀ ਤੁਹਾਤੋਂ ਬਿਨਾਂ ਹੋਰ ਕੌਣ ਮਹਾਂਪੁਰਸ਼ ਹੋ ਸਕਦਾ, ਤੇ ਤੁਸੀਂ ਦਿਓ ਕੁਰਬਾਨੀ ਜੀ। ਔਰ ਇਹ ਕੁਰਬਾਨੀ ਉਹ ਬੰਦਾ ਹੀ ਕਰ ਵੀ ਸਕਦਾ ਤੇ ਉਹ ਬੰਦਾ ਕਰਾ ਸਕਦਾ ਜਿਹੜਾ ਮਜ਼ਬੂਤ ਦਿਲ ਹੈ, ਸੁਚਿਆਰਾ ਪੁਰਸ਼ ਹੈ। ਜਿਹੜਾ ਕਾਇਰ ਪੁਰਸ਼ ਹੈ ਤੇ ਦਿਨ ਭਰ ਰਾਤ ਵਿੱਚ ਕਈ ਵਾਰੀ ਮਰਦਾ ਹੈ, ਪਰ ਜਿਹੜੇ ਮਰਦੇ ਮਜਾਹਦ ਪੁਰਸ਼ ਨੇ ਉਹ ਮਰਦੇ ਨੇ, ਉਹ ਸਦੀਵ ਕਾਲ ਜੀਵਨ ਦਾਲ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਬਨਬਾਲੇ ਵਾਸਤੇ ਨੇ ਕਿਹਾ ਮਹਾਰਾਜ ਪਿਤਾ ਜੀ ਤੁਹਾਤੋਂ ਵੱਡਾ ਹੋਰ ਕਿਹੜਾ ਹੋ ਸਕਦਾ, ਤੁਸੀਂ ਇਸ ਕੰਮ ਨੂੰ ਸਿਰ ਨੇਪਰੇ ਚੜਾਓ, ਤੇ ਮਹਾਰਾਜ ਦੀ ਸ਼ਹੀਦੀ ਹੋਈ। ਇਤਿਹਾਸ ਦੇ ਪੰਨਿਆਂ ਉੱਤੇ ਇਹ ਤਾਂ ਦੇਖਿਆ ਗਿਆ ਜਦੋਂ ਸ਼ਿਕਾਰੀ ਸ਼ਿਕਾਰ ਖੇਡਦਾ ਤੇ ਸ਼ਿਕਾਰ ਜਿੰਨਾ ਵੀ ਜ਼ੋਰ ਲੱਗਦਾ ਉਹ ਭੱਜਦਾ ਦੌੜਦਾ ਬਚਾਉਂਦਾ ਆਪਣੇ ਆਪ ਨੂੰ। ਅੱਜ ਦੇ ਜ਼ਮਾਨੇ ਚ ਵੀ ਜਦੋਂ ਕੋਈ ਸ਼ਿਕੰਜਾ ਕੱਸਿਆ ਜਾਂਦਾ ਕਈਆਂ ਪੁਰਸ਼ਾਂ ਦੇ ਜਿਹੜੇ ਦੁਰਾਚਾਰੀ ਹੈ, ਦੁਰੇ ਕਰਮ ਕਰਨ ਵਾਲੇ, ਚੋਰੀ ਠੱਗੀ ਕਤਲ ਨੇ, ਉਹ ਕਈ ਕਈ ਚਿਰ ਅਲੋਪ ਹੋ ਜਾਂਦੇ, ਛੁੱਪਦੇ ਆ, ਦੌੜਦੇ ਆ, ਪਰ ਬਲਹਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਤੇ ਉਹ ਕਾਤਲ ਕੋਲ ਖੁਦ ਜਾ ਰਹੇ ਨੇ। ਕਿਆ ਕਿਆ ਕੁਰਬਾਨੀ ਦਾ ਕਿਆ ਦੂਸਰਾ ਜਜ਼ਬਾ, ਔਰ ਉਹਨਾਂ ਚ ਜਿਹੜਾ ਉਹਨਾਂ ਨੇ ਸ਼ਬਦ ਕਿਹਾ ਮੈਂ ਉਹਨੂੰ ਸੋਚਦਾ ਸਾਖਾਤ ਕਰਕੇ ਵਿਖਾਇਆ, ਔਰ ਖੁਦ ਕਾਤਲ ਕੋ ਗਏ ਨੇ ਜਾ ਕੇ, ਔਰ ਕੋਈ ਮਾਫ਼ੀ ਨੀ, ਕੋਈ ਉਜ਼ਰਦਾਰੀ ਨੀ, ਕੁਛ ਨੀ। ਉਹਨੇ ਕਿਹਾ ਅਸੀਂ ਆਪਣੇ ਈਸ਼ਵਰ ਨੂੰ ਮੰਨਦੇ ਆ, ਤੂੰ ਜੋ ਕਰਨਾ ਤੂੰ ਕਰ। ਤੇ ਇਸ ਵਿੱਚੋਂ ਹੀ ਯਾਨੀ ਇੱਕ ਹੋਰ ਰੋਹ ਦੀ ਲਹਿਰ ਪੈਦਾ ਹੋਈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਿਰਸੇ ਚ ਸਮਝੋ ਮਿਲੀ, ਔਰ ਉਹਦੇ ਵਿੱਚ ਉਹਨਾਂ ਦਾ ਪੂਰੀ ਤਰ੍ਹਾਂ ਉਤਰ ਜਾਣਾ ਕੇਵਲ 9 ਸਾਲ ਦੀ ਉਮਰ ਵਿੱਚ
ਤੇਰਾ ਦਾ ਸੰਸਾਰ ਚੋਂ ਚਲੇ ਜਾਣਾ ਇੱਕ ਬੜੀ ਵੱਡੀ ਗੱਲ ਹੈ। ਪਰ ਉਹਨਾਂ ਦੇ ਅੰਦਰ ਜਜ਼ਬਾ, ਉਹਨਾਂ ਦੇ ਅੰਦਰ ਸ਼ੂਰਵੀਰਤਾ ਇਤਨੀ ਜ਼ਿਆਦਾ ਸੀ ਕਿ 9 ਸਾਲ ਤੇ 17 ਸਾਲ 8 ਸਾਲ ਦੇ ਵਿੱਚ ਉਹਨਾਂ ਨੇ ਪੰਥ ਸਿੱਖ ਪੰਥ ਨੂੰ ਕਿਵੇਂ ਬਚਾਉਣਾ, ਕਿਵੇਂ ਅਗਾਂਹ ਵਧਾਉਣਾ, ਕਿਵੇਂ ਇਹਦੀ ਰੂਪਰੇਖਾ ਤਿਆਰ ਕਰਨੀ, ਉਹ ਸਾਰੀ ਉਹਨਾਂ ਨੇ ਉਲੀਕ ਲਈ। ਇਸ ਕਰਕੇ ਜਦੋਂ 17 ਸਾਲ ਦੀ ਉਮਰ ਵਿੱਚ ਮੇਦਿਨੀ ਪ੍ਰਕਾਸ਼ ਤੇ ਦੂਸਰੇ ਰਾਜੇ ਦੀ ਝਗੜੇ ਨੂੰ ਨਿਬੇੜਨ ਵਾਸਤੇ ਗਏ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਨਾਹਨ ਗਏ, ਨਾਹਨ ਅਜੇ ਵੀ ਉਹਨਾਂ ਦੇ ਗੁਰਦੁਆਰਾ ਖੂਹੀ ਆ ਉੱਥੇ ਬੜੀ ਉਚਾਈ ਤੇ, ਉੱਥੋਂ ਠਹਿਰ ਕੇ ਮਹਾਰਾਜ ਫਿਰ ਅੱਗੇ ਪੌਂਟਾ ਸਾਹਿਬ ਦੀ ਧਰਤੀ ਤੇ ਗਏ ਨੇ। ਉਹ ਅੱਜ ਵੀ ਬੜੀ ਰਮਣੀਕ ਥਾਂ, ਚਲੋ ਅੱਜ ਤਾਂ ਘੁੱਗ ਵਾਸਾ ਸ਼ਹਿਰ ਹੈ, ਪਰ ਜਦੋਂ ਸਤਿਗੁਰੂ ਜੀ ਗਏ ਤਾਂ ਉਹਨਾਂ ਨੇ ਦੇਖਿਆ ਵੀ ਜਮਨਾ ਦਾ ਬੜਾ ਕਲ ਕਲ ਵਗਦਾ ਪਾਣੀ, ਠੰਡਾ ਔਰ ਸਾਫ ਸੁਥਰਾ, ਦੋ ਪਾਸੇ ਪਹਾੜੀਆਂ ਨੇ, ਮੋਹਰੇ ਸਾਈਡ ਤੇ ਪਹਾੜੀ ਹੈ ਔਰ ਇੱਕ ਪਾਸੇ ਦਰਿਆ ਦਾ ਡੈਲਟਾ ਬਣਿਆ ਹੋਇਆ ਬੜਾ ਸੁੰਦਰ, ਤੇ ਮਹਾਰਾਜ ਨੇ ਉੱਥੇ ਪਾਉਂ ਟਿਕਾਇਆ, ਉਹਦਾ ਨਾਂ ਹੀ ਪੌਂਟਾ ਸ਼ਹਿਰ ਪੌਂਟਾ। ਇਹ ਕੁਦਰਤ ਦੀ ਗੋਦ ਵਿੱਚ ਇੱਕ ਬੜਾ ਅਦਭੁਤ, ਮਤਲਬ ਜਿਹੜੇ ਥਿੰਕਰ ਨੇ ਜਾਂ ਜਿਹੜੇ ਫਿਲੋਸਫਰ ਨੇ ਜਾਂ ਜਿਹੜੇ ਯੁੱਗ ਪੁਰਸ਼ ਜਿਨ੍ਹਾਂ ਨੇ ਯੁੱਗ ਨੂੰ ਤਬਦੀਲੀ ਕਰਨੀ ਹੈ, ਉਹ ਇਹੋ ਜਿਹੀਆਂ ਥਾਵਾਂ ਤਾਂ ਮਤਲਬ ਚੁਣਦੇ ਆ, ਕੁਦਰਤ ਵਿੱਚ ਬੈਠ ਕੇ ਵਿਚਾਰਦੇ ਆ। ਮਹਾਰਾਜ ਨੇ ਇੱਥੇ ਬੈਠ ਕਰਕੇ ਇੱਕ ਬਹੁਤ ਵੱਡੀ ਜਿਹੜੀ ਉਹਨਾਂ ਦੀ ਸੋਚ ਇਹ ਹੋਈ, ਉਹਨਾਂ ਨੇ ਸੋਚਿਆ ਵੀ ਸਾਡੇ ਤੇ ਮੁਗਲ ਰਾਜ ਕਰ ਰਹੇ ਨੇ, ਜਿਵੇਂ 710 ਵਿੱਚ ਸਰਹਿੰਦੀ ਨੇ ਮੁਲਤਾਨ ਤੇ ਕਬਜ਼ਾ ਕੀਤਾ, ਵੱਧਦਾ ਵੱਧਦਾ 1710 ਯਾਨੀ 1000 ਸਾਲ ਵਿੱਚ ਪੂਰੇ ਉਹ ਭਾਰਤ ਪੰਜਾਬ ਵਿੱਚ ਛਾ ਗਿਆ। ਮਹਾਰਾਜ ਦੇਖ ਰਹੇ ਸੀ ਵੀ ਜੇ ਆਪਣਾ ਰਾਜ ਕਾਇਮ ਕਰਨਾ, ਆਪਣੀ ਹੋਂਦ ਕਾਇਮ ਕਰਨੀ ਹੈ ਤਾਂ ਦੋ ਗੱਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਵਿੱਦਿਆ ਚਾਹੀਦੀ ਹੈ, ਇਹਦਾ ਮਤਲਬ ਸ਼ਾਸਤਰ ਪੜ੍ਹਨਾ ਚਾਹੀਦਾ। ਸਾਡੇ ਪੂਰਵਜਾਂ ਨੂੰ, ਸਾਡੇ ਵਡੇਰੇ ਵੱਡੇ ਵਡੇਰਿਆਂ ਨਾਲ ਜਿਹੜਾ ਸਾਡਾ ਸਾਹਿਤ ਹੈ, ਜਿਹੜੀ ਸਾਡੀ ਖੋਜ ਹੈ ਜਾਂ ਜਿਹੜਾ ਸਾਡਾ ਸ਼ੁਰਵੀਤਾ ਭਰਿਆ ਇਤਿਹਾਸ ਹੈ, ਉਹ ਉਹਨੂੰ ਦੇਖਣਾ ਪੜ੍ਹਨਾ ਬਣਦਾ ਤੇ ਉਹ ਵਿਦਿਆ ਤੋਂ ਬਿਨਾਂ ਆ ਨਹੀਂ ਸਕਦਾ। ਇਸ ਕਰਕੇ ਪਹਿਲਾ ਜਿਹੜਾ ਉਹਨਾਂ ਦਾ ਪੱਗ ਸੀ, ਪਹਿਲਾ ਜਿਹੜਾ ਉਹਨਾਂ ਦਾ ਸੋਚ ਸੀ, ਉਹਨਾਂ ਨੇ ਕਿਹਾ ਵੀ ਖਾਲਸਾ ਮੇਰਾ ਜਿਹੜਾ ਨਾ ਇਹ ਵਿਦਵਾਨ ਹੋ। ਇਸੇ ਤੇ ਉਹਨਾਂ ਨੇ 5 ਸਿੱਖਾਂ ਨੂੰ ਚੁਣਿਆ ਔਰ ਚੁਣ ਕਰਕੇ ਤਾਂ ਉਹਨਾਂ ਨੂੰ ਬਨਾਰਸ ਦੀ ਧਰਤੀ, ਉਸ ਵੇਲੇ ਦੋ ਥਾਵਾਂ ਜਾਂ ਤਾਂ ਕਸ਼ਮੀਰ ਵਿੱਚ ਮਟਨ ਦੀ ਥਾਂ ਸੀ ਜਿੱਥੇ ਵਿਦਵਾਨ ਪੰਡਿਤ ਲੋਕ ਰਹਿੰਦੇ ਸੀ ਔਰ ਵੇਦਾਂ ਦਾ, ਉਪਨਿਸ਼ਦਾਂ ਦਾ, ਗੀਤਾ ਵਗੈਰਾ ਦਾ ਅਧਿਐਨ ਕਰਦੇ ਵਾ ਕਰਾਉਂਦੇ ਸਨ। ਉਸ ਵੇਲੇ ਦੂਸਰਾ ਸਭ ਤੋਂ ਵੱਡਾ ਵਾਰਾਨਸੀ ਜਿਹਨੂੰ ਬਨਾਰਸ ਕਹਿੰਦੇ ਨੇ, ਕਾਂਸ਼ੀ ਵੀ ਕਹਿੰਦੇ ਨੇ, ਉੱਥੇ ਸਭ ਤੋਂ ਵੱਡਾ ਵਿਦਿਆ ਦਾ ਕੇਂਦਰ ਸੀ। ਇਹ ਠੀਕ ਹੈ, ਉਸ ਵੇਲੇ ਕੋਈ ਸਕੂਲ ਕਾਲਜ ਨਹੀਂ ਸੀ, ਜ਼ਿਆਦਾਤਰ ਜਿਹੜੇ ਬ੍ਰਾਹਮਣ ਲੋਕ ਗੁਰੂ ਲੋਕ ਸੀ ਉਹ ਆਪਣੇ ਆਸ਼ਰਮਾਂ ਚ, ਆਪਣੇ ਠਾਕਰ ਦੁਆਰਿਆਂ ਚ ਜਾਂ ਮੰਦਰਾਂ ਚ ਜਿੱਥੇ ਵੀ ਉਹ ਬੈਠਦੇ ਸੀ ਉੱਥੇ ਉਹ 5-5, 7-7, 10-10, 20-20 ਵਿਦਿਆਰਥੀਆਂ ਦਾ ਉਹ ਅਧਿਐਨ ਕਰਾਉਂਦੇ ਸੀ। ਕਦੇ ਉਹ ਜੈਨ ਦੀ ਧਰਤੀ ਤੇ ਜਾਓ ਤਾਂ ਉੱਥੇ ਸੰਦੀਪਨੀ ਗੁਰੂ ਦਾ ਆਸ਼ਰਮ ਹੈ ਜਿੱਥੇ ਭਗਵਾਨ ਕ੍ਰਿਸ਼ਨ ਤੇ ਸੁਦਾਮਾ ਪੜ੍ਹਦੇ ਰਹੇ, ਸਾਰੀ ਵਿਦਿਆ ਉੱਥੇ। ਸਿਹਤ ਦੇ ਸੰਬੰਧ ਵਿੱਚ ਅਜ਼ਰਬੈਦਿਕ ਜਿਹੜੀ ਪੈਥੀ ਸੀ ਉਹ ਜਜ਼ਰਬੇਦ ਤੋਂ ਲੈ ਕਰਕੇ ਚਰਕ ਸੰਹਿਤਾ, ਬਾਗ ਭੱਟ, ਸੁਸ਼ਰਤ ਔਰ ਜਿੰਨੇ ਵੀ ਮਾਡਰਨ ਗਾਂਹ ਤੋਂ ਗਾਂਹ ਗ੍ਰੰਥ ਅਜ਼ਰਬੈਦਿਕ ਦੇ ਚੱਲੇ ਉਹ ਸਾਰੇ ਉਹ ਪੜ੍ਹਾਏ ਜਾਂਦੇ। ਹੈਲਥ ਦੀ ਸਭ ਤੋਂ ਵੱਡੀ ਖੋਜ ਉੱਥੇ। ਅੱਛਾ, ਸੰਗੀਤ ਜੀ, ਸੰਗੀਤ ਇੰਨਾ ਪ੍ਰਬਲ ਸੀ ਕਿ ਸਾਡੇ ਖੁਦ ਨਿਰਮਲੇ ਸੰਤ ਕਈ ਸੰਗੀਤ ਦੇ ਬੜੇ ਵੱਡੇ ਧਨੀ ਹੋਏ ਰਾਗਾਂ ਦੇ ਵਿੱਚ ਕੀਰਤਨ ਕਰਨਾ। ਬਾਬਾ ਸ਼ਾਮ ਸਿੰਘ ਜੀ ਸਤਿਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਬਹੁਤ ਦੇਰ ਉਹ ਕੀਰਤਨ ਕਰਦੇ ਰਹੇ। ਸੰਤ ਗੱਜਣ ਸਿੰਘ ਜੀ ਮੁਕਤਸਰ ਦੇ ਸੀਗੇ, ਉਹ ਉੱਥੇ ਉਹਨਾਂ ਸੰਤਾਂ ਨੇ ਬੜੀ ਦੇਰ ਤੱਕ ਮਤਲਬ ਜਿਹੜੀ ਪੁਰਾਤਨ ਸੰਗੀਤ ਹੈ ਜਿਹਨੂੰ ਆਪਾਂ ਸ਼ਾਸਤਰੀ ਸੰਗੀਤ ਕਹਿੰਦੇ ਹਾਂ ਉਹ ਸਿੱਖਿਆ ਤੇ ਲੋਕਾਂ ਨੂੰ ਸੁਣਾਇਆ। ਅੱਛਾ, ਇਸੇ ਤਰ੍ਹਾਂ ਜਿਹੜਾ ਪੇਂਟਿੰਗ ਵਗੈਰਾ ਸੀ ਇਹ ਵੀ ਉਹਨਾਂ ਆਸ਼ਰਮਾਂ ਚ ਸਿਖਾਈ ਜਾਂਦੀ ਸੀ, ਇਹ ਵੀ ਇੱਕ ਕਲਾ, ਇੱਕ ਵਿਦਿਆ ਉਹ ਪੜ੍ਹਾਉਂਦੇ ਸੀ। ਫਿਰ ਅਧਿਆਤਮਿਕ ਵਿਦਿਆ ਜਿੰਨੀ ਸੀ ਉਹ ਪੜ੍ਹਾਉਂਦੇ ਸੀ ਸੰਤ ਲੋਕ, ਗੁਰੂ ਗ੍ਰੰਥ ਸਾਹਿਬ ਦਾ ਪੜ੍ਹਾਉਣਾ, ਗੀਤਾ ਦਾ ਪੜ੍ਹਾਉਣਾ, ਸਾਹਿਤ ਸਿੱਖ ਇਤਿਹਾਸ ਦਾ ਪੜ੍ਹਾਉਣਾ, ਯਾਨੀ ਸਾਰਾ 1860 ਤੋਂ ਪਹਿਲਾਂ ਕੋਈ ਕਾਲਜ ਨਹੀਂ ਸੀ, ਕੋਈ ਸਕੂਲ ਨਹੀਂ ਸੀ, ਜਿੰਨੀ ਵਿਦਿਆ ਸੀ ਚਾਹੇ ਉਹ ਕਲਾ ਸੀ ਕਿਸੇ ਕਿਸਮ ਦੀ ਵੀ, ਤੀਰ ਅੰਦਾਜ਼ੀ ਸੀ, ਲੜਾਈ ਦੇ ਢੰਗ ਸੀ, ਉਹ ਵੀ ਇਹਨਾਂ ਚ ਸਿਖਾਏ ਜਾਂਦੇ।
ਮੈਂ ਤਾਂ ਸਮਝਦਾ ਵੀ ਜਿਹੜੀ ਅੱਜ ਦੀ ਵਿਦਿਆ ਦੋ ਗੁਣਾ ਦੋ ਦੋ ਦੁਨੀ ਚਾਰ ਆਈ ਹੈ, ਇੱਕ ਕਮਰਸ਼ੀਅਲ ਵਿਦਿਆ। ਉਹ ਤੋਂ ਪਹਿਲਾਂ ਤੁਸੀਂ ਦੇਖੋਗੇ ਬੜੇ ਬੜੇ ਪ੍ਰੋਫੈਸਰ ਪ੍ਰੋਫੈਸਰ ਤਰਨ ਆਪਣੇ ਜੱਗੀ ਵਰਗੇ, ਔਰ ਇਹਤੋਂ ਪਹਿਲਾਂ ਕਿਰਪਾਲ ਸਿੰਘ, ਜਿੰਨੇ ਵੀ ਬੜੇ ਬੜੇ ਪ੍ਰੋਫੈਸਰ ਹੋਏ, ਲੇਖਕ ਲਿਖਾਰੀ, ਭਾਈ ਵੀਰ ਸਿੰਘ ਵਰਗੇ, ਭਾਈ ਕਾਨ ਸਿੰਘ ਨਾਭਾ ਵਰਗੇ, ਭਾਈ ਸੰਤੋਖ ਸਿੰਘ ਵਰਗੇ, ਇਹ ਵਿਚਾਰੇ ਕਿੱਥੋਂ ਪੜ੍ਹ ਕੇ ਆਏ ਸੀ, ਕਿਹੜੇ ਸਕੂਲ ਕਾਲਜ ਦੀ ਡਿਗਰੀ ਸੀ ਇਹਨਾਂ ਕੋਲ? ਪਰ ਜੋ ਉਹਨਾਂ ਨੇ ਅੱਜ ਤੱਕ ਲਿਖ ਦਿੱਤਾ ਹੈ, ਅੱਜ ਦਾ ਲਿਖਾਰੀ ਤਾਂ ਉਹਦੇ ਅਰਥ ਕਰਨ ਵਿੱਚ ਹੀ ਫਸਿਆ ਪਿਆ। ਜੀ ਜੀ, ਭਾਈ ਸੰਤੋਖ ਸਿੰਘ ਇੱਕ ਦੋਹਾ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਵਿੱਚ, ਉਹ ਕਹਿੰਦਾ ਦੋ ਕਰ ਬੰਦ ਕਰ ਬੰਧਤ ਗੋਬਿੰਦ ਸਿੰਘ ਦੇਤ ਹੈ ਆਨੰਦ, ਸੁਖ ਕੰਧ ਅੱਗ ਮੰਦ ਹੀ ਸਿਆਲ ਤੇ ਮਰਗੰਦ ਪੱਟ ਬੀਜ ਨੇ ਗਜਿੰਦ ਕਰੇ ਕੀਟ ਤੇ ਗਜਿੰਦ ਪੰਥ ਦਇਓ ਗੱਤ ਬੰਧੀ। ਜਾਣੀ ਭਾਈ ਸੰਤੋਖ ਸਿੰਘ ਨੇ ਇਹ ਇਉਂ ਲੱਗਦਾ ਸੀ ਵੀ ਜਿੱਦਾਂ ਸੁਰਸੀ ਵਿਦਿਆ ਉਹਨਾਂ ਦੀ ਜ਼ਬਾਨ ਤੇ ਵਰਸੀ ਸੀ, ਦਸਾਂ ਪਾਤਸ਼ਾਹੀ ਦੇ ਉਹਨੇ ਮੰਗਲ ਕੀਤੇ ਹੈ ਗੁਰ ਪ੍ਰਤਾਪ ਸੂਰਜ ਵਿੱਚ। ਇਹ ਕਮਾਲ ਦੀ ਗੱਲ ਹੈ, ਅੱਜ ਦਾ ਵਿਦਵਾਨ ਖੋਲਣ ਲੱਗੀ ਸੋਚਦਾ ਕੀ ਤਾਂ ਨਿਤ ਨਵਾਂ ਮੰਗਲ, ਔਰ ਉਹਦੇ ਵਿੱਚ ਜਿਹੜੇ ਅਲੰਕਾਰ ਸੀ ਇੰਨੇ ਕੁ ਵਰਤੇ ਉਹਨਾਂ, ਅਨੁਪ੍ਰਾਸ ਅਲੰਕਾਰ, ਉਪਮਾ ਅਲੰਕਾਰ, ਅਰਥਾਪਤੀ ਅਲੰਕਾਰ, ਪ੍ਰਮਾਣ ਅਲੰਕਾਰ, ਸ਼ਬਦ ਅਲੰਕਾਰ, ਫਿਰ ਨਵਾਂ ਰਸਾਂ ਦਾ ਜ਼ਿਕਰ, ਬ੍ਰੋਡੋਕਤੀ ਅਲੰਕਾਰ, ਸ਼ਕੋਕਤੀ ਅਲੰਕਾਰ, ਬ੍ਰੋਕੋਕਤੀ ਅਲੰਕਾਰ, ਉਹਨਾਂ ਨੇ ਇੰਨਾ ਵੱਡਾ ਵਿਸ਼ਾਲ ਗਿਆਨ ਸੀ ਕਿ ਜਿਹੜਾ ਅੱਜ ਦੇ ਵਿਦਵਾਨ ਕੋਲ ਨਹੀਂ, ਚਾਹੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ। ਕਈ ਵਾਰੀ ਪੁਰਾਤਨ ਗ੍ਰੰਥ ਵੇਖਣ ਦਾ ਮੌਕਾ ਮਿਲਦਾ, ਜੋ ਉਹ ਅਨੁਭਵ ਨਾਲ ਲੋਕ ਕਹਿ ਰਹੇ ਨੇ, ਅੱਜ ਅਸੀਂ ਕਿਤਾਬੀ ਗਿਆਨ ਨਾਲ ਗੱਲ ਕਰਦੇ ਹਾਂ, ਉਹ ਅਨੁਭਵ ਨਾਲ ਗੱਲ ਕਰਦੇ, ਤੇ ਅਨੁਭਵੀ ਗਿਆਨ ਜਿਹੜਾ ਹੈ ਨਾ ਉਹਦਾ ਕੋਈ ਅੰਤ ਨਹੀਂ ਹੈ, ਜਿੰਨਾ ਕਿਸੇ ਦਾ ਵਿਸ਼ਾਲ ਅਨੁਭਵ ਹੈ ਉਹ ਉਹਦੇ ਸਾਥ ਨਿਕਲ ਚੱਲਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਦੋ ਵੱਡੇ ਜਿਹੜੇ ਟੀਚਾ ਲਿਆ, ਇੱਕ ਤਾਂ ਉਹਨਾਂ ਲਿਆ ਵੀ ਵਿਦਿਆ ਹੋਣੀ ਚਾਹੀਦੀ। ਹੁਣ ਤਾਂ ਸਵਾਲ ਪੈਦਾ ਹੁੰਦਾ ਸੀ ਵੀ ਵਿਦਿਆ ਬ੍ਰਾਹਮਣ ਲੋਕਾਂ ਕੋਲ ਸੀ ਤੇ ਬ੍ਰਾਹਮਣ ਆਮ ਕਰਕੇ ਬ੍ਰਾਹਮਣ ਨੂੰ ਵਿਦਿਆ ਦਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਸੀ ਕਿ ਮੇਰੇ ਸਿੱਖ ਜਿਹੜੇ ਵਿਦਵਾਨ ਹੋਣ, ਹੁਣ ਜੇ ਇਸ ਤਰ੍ਹਾਂ ਦੇਖੋ ਨਾ, ਉਹਨਾਂ ਨੇ ਪੰਜ ਪਿਆਰੇ ਜਿਹੜੇ ਚੁਣੇ ਆ, ਉਹ ਖੱਤਰੀ ਤੇ ਨਾਈ ਤੇ ਸ਼ਿੰਬਾ ਤੇ ਚੀਵਰ ਤੇ ਜੱਟ, ਯਾਨੀ ਸਾਰੇ ਜੱਟਾਂ ਚ ਲਏ ਤਾਂ ਉਹਨਾਂ ਨੇ ਚੁਣ ਕੇ, ਤਾਂ ਇਸੇ ਤਰ੍ਹਾਂ ਜਿਹੜੇ ਇਹ ਵੀ ਸੰਤ ਲੋਕ ਲਏ ਉਹਨਾਂ ਨੇ, ਭਾਈ ਵੀਰ ਸਿੰਘ, ਭਾਈ ਖੰਡਾ ਸਿੰਘ, ਭਾਈ ਕਰਮ ਸਿੰਘ, ਭਾਈ ਸਹਿਣਾ ਸਿੰਘ, ਇਹ ਸਾਰੇ ਜਿਹੜੇ ਲਏ ਉਹਨਾਂ ਨੇ ਪੰਜੇ, ਉਹ ਕੋਈ ਜਾਤੀ ਜਾਂ ਇਲਾਕੇ ਦੇ ਹਿਸਾਬ ਨਾਲ ਨਹੀਂ ਲਏ। ਜਿਹੜੇ ਪੁਰਸ਼ ਸ਼ੌਕ ਰੱਖਦੇ ਸੀ, ਉਹਨਾਂ ਦੀ ਸ਼ਾਰਪ ਬੁੱਧੀ ਸੀ ਔਰ ਉਹ ਗੁਰੂ ਦੇ ਕਹਿਣੇ ਵਿੱਚ ਸੀ, ਉਹਨਾਂ ਨੂੰ ਉਹਨਾਂ ਨੇ ਭਰੇ ਦੀਵਾਨ ਚੋਂ ਨਾਮ ਲੈ ਕੇ ਬੁਲਾਇਆ, ਭਾਈ ਕਰਮ ਸਿੰਘ ਜੀ ਆਓ, ਭਾਈ ਵੀਰ ਸਿੰਘ ਜੀ ਆਓ, ਭਾਈ ਸਹਿਣਾ ਸਿੰਘ ਜੀ ਆਓ, ਭਾਈ ਸੁਭਾ ਸਿੰਘ ਜੀ ਆਓ, ਸਾਰਿਆਂ ਨੂੰ ਕੋਲ ਬੁਲਾਇਆ, ਬੁਲਾ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਬਨਾਰਸ ਵਿਦਿਆ ਪੜ੍ਹਨ ਵਾਸਤੇ ਜਾਓ। ਸਵਾਲ ਸੀ ਵੀ ਬ੍ਰਾਹਮਣ ਨੇ ਵਿਦਿਆ ਨਹੀਂ ਸੀ ਦੇਣੀ ਮਹਾਰਾਜ ਨੂੰ, ਮਹਾਰਾਜ ਕੋਲ ਬੜੀ ਸ਼ਾਰਪ ਬੁੱਧੀ ਦੇ ਮਾਲਕ ਸੀ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਸੰਨਿਆਸੀ ਬਣਾ ਦਿਓ। ਸੰਨਿਆਸੀ ਦਾ ਇੱਕ ਸਿਧਾਂਤ ਹੈ ਵੀ ਜਦੋਂ ਕੋਈ ਸੰਨਿਆਸੀ ਬਣਦਾ ਹੈ ਉਹ ਆਪਣੇ ਮਰਨ ਦੀਆਂ ਕਿਰਿਆਵਾਂ ਆਪ ਕਰ ਲੈਂਦਾ, ਉਹਦੇ ਬਾਅਦ ਉਹਦੀ ਕੋਈ ਕਿਰਿਆ, ਜੇ ਮੈਂ ਮੁਰਦਾ ਕੋਈ ਕਿਰਿਆ ਨਹੀਂ ਕਰਦਾ, ਇਸ ਤਰ੍ਹਾਂ ਸੰਨਿਆਸੀ ਵੀ ਕੋਈ ਕਿਰਿਆ ਨਹੀਂ ਕਰਦਾ। ਹੁੰਦੇ ਤਾਂ ਸੰਨਿਆਸੀਆਂ ਦਾ ਬਸ ਗਿਆਨ ਜੇ ਕੁਝ ਗੱਲ ਹੈ, ਪਰ ਸੰਨਿਆਸ ਦਾ ਜਿਹੜਾ ਇੱਕ ਸਿਧਾਂਤ ਹੈ, ਸੰਨਿਆਸੀ ਰੁਪਏ ਨੂੰ ਭੁੱਲ ਕੇ ਹੱਥ ਲਾ ਦੇਵੇ ਮਾਇਆ ਨੂੰ, ਤਾਂ ਉਹਨੂੰ ਸ਼ਾਸਤਰ ਚ ਲਿਖਿਆ ਵੀ ਤਿੰਨ ਦਿਨ ਉਪਵਾਸ ਕਰੇ, ਭੁੱਖਾ ਰਵੇ, ਤਿੰਨ ਦਿਨ ਭੁੱਖਾ ਰਵੇ, ਦੋ ਦਿਨ ਭੁੱਖਾ ਰਵੇ, ਔਰ ਉਹਦਾ ਪਛਤਾਪ ਕਰੇ, ਨਾਲ ਉਹ ਭਜਨ ਕਰੇ ਤੇ ਮੁੜ ਕੇ ਉਹਨੂੰ ਹੱਥ ਨਾ ਲਾਏ। ਇਹ ਹੁੰਦਾ ਸੰਨਿਆਸੀ ਨੂੰ ਮਾਇਆ ਨਾਲ ਵਿਸਾ ਕਰਦੇ। ਤੇ ਮੈਨੂੰ ਕਹਿੰਦਾ ਮਤਲਬ ਗੁਰੂ ਸਾਹਿਬ ਨੇ ਕਿਹਾ ਸੰਨਿਆਸੀ ਦਾ ਕਰਮ ਕੋਈ ਨੀ, ਸੰਨਿਆਸੀ ਦਾ ਧਰਮ ਕੋਈ ਨੀ ਰਹਿੰਦਾ, ਸੰਨਿਆਸੀ ਦਾ ਕੋਈ ਕਰਮ ਨੀ ਰਹਿੰਦਾ, ਇਸ ਵਾਸਤੇ ਇਹ ਇਹਨਾਂ ਨੂੰ ਮੈਂ ਸੰਨਿਆਸੀ ਬਣਾ ਕੇ ਭੇਜਾਂ, ਜਾਤ ਕਰਮ ਸਾਰਾ ਖਤਮ ਹੋ ਗਿਆ। ਇਹ ਉਹਨਾਂ ਦੀ ਇੱਕ ਸੋਚ ਸੀ। ਜਦੋਂ ਉਹਨਾਂ ਨੂੰ ਭੇਜਿਆ, ਚਲੋ ਫਿਰ ਵੀ ਮੁਸ਼ਕਲਾਂ ਉਹਨਾਂ ਨੂੰ ਆਈਆਂ, ਪਰ ਇੱਕ ਪੰਡਿਤ ਸਦਾ ਰਾਮ ਜਿਹੜਾ ਸੀ ਉੱਥੇ ਉਹਨਾਂ ਨੂੰ, ਸਦਾ ਰਾਮ ਨੇ ਉਹਨਾਂ ਨੂੰ ਪੜ੍ਹਾਇਆ ਔਰ ਗੁਰੂ ਦੀ ਕਿਰਪਾ ਨਾਲ ਪ੍ਰਕਾਂਡ ਵਿਦਵਾਨ ਹੋ ਕੇ, ਸ਼ਾਸਤਰ ਦੇ ਗਿਆਤਾ ਹੋ ਕੇ, ਵਿਆਕਰਨ ਦੇ ਗਿਆਤਾ ਹੋ ਕੇ, ਸ਼ਾਸਤਰਾਂ ਦੇ ਗਿਆਤਾ ਹੋ ਕੇ ਵਾਪਸ ਆਏ। ਜਦੋਂ ਵਾਪਸ ਆਏ, ਚਲੋ ਮਹਾਰਾਜ ਦੀ ਸ਼ਰਨ ਚ ਆ ਗਏ, ਮਹਾਰਾਜ ਦਾ ਇੱਕ ਟੀਚਾ ਤਾਂ ਪੂਰਾ ਹੋ ਗਿਆ, ਸ਼ਾਸਤਰ ਦਾ ਗਿਆਨ ਜਿਹੜਾ ਸੀ ਉਹਨਾਂ ਨੇ ਸਿੱਖਾਂ ਨੂੰ ਦਿੱਤਾ, ਔਰ ਫਿਰ ਉਹਨਾਂ ਦੀ ਡਿਊਟੀ ਲਾਈ ਵਿੱਚ ਤੁਸੀਂ ਇਹ ਜਿਹੜਾ ਪ੍ਰਚਾਰ ਹੈ ਕਰੋ। ਨਿਰਮਲ ਸੰਪਰਦਾਇ ਦੇ ਲੋਕਾਂ ਨੇ ਪ੍ਰਚਾਰ ਨੂੰ ਪਹਿਲਾਂ ਪਹਿਲ ਆਰੰਭਿਆ, ਕਿਉਂਕਿ ਮਹਾਰਾਜ ਨੇ ਉਹਨਾਂ ਨੂੰ ਨਿਰਮਲ ਸੰਗਿਆ ਕਰਕੇ ਬੁਲਾਇਆ, ਇਹ ਮੇਰੇ ਨਿਰਮਲੇ ਸੰਤ ਨੇ, ਵਿਦਵਾਨ ਨੇ, ਫਿਰ ਇਹ ਨਿਰਮਲੇ ਮਹਾਰਾਜ ਦੇ ਬਚਨ ਦੇ ਨਾਲ ਤੇ ਇਹਨਾਂ ਨੂੰ ਫਿਰ ਨਿਰਮਲ ਸੰਪਰਦਾਇ ਬਣੇ, ਔਰ ਇਹਨਾਂ ਨੇ ਜਿਹੜਾ ਪ੍ਰਚਾਰ ਸੀ ਨਾ ਉਹ ਸ਼ੁਰੂ ਕੀਤਾ ਗੁਰਮਤਿ ਦਾ। ਜੇ ਅਸੀਂ ਇਉਂ ਕਹਿ ਲਈਏ
ਕਈ 1708 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਏ ਹੈ, ਉਸ ਤੋਂ ਬਾਅਦ 1925 ਵਿੱਚ ਸ਼੍ਰੋਮਣੀ ਕਮੇਟੀ ਬਣੀ ਜੀ। ਇਹਦੇ ਵਿੱਚ 217 ਸਾਲ ਦਾ ਗੈਪ ਹੈ, ਬੜਾ ਵੱਡਾ ਗੈਪ ਹੈ, 217 ਸਾਲ ਬਹੁਤ ਵੱਡਾ ਗੈਪ ਜੀ। ਇਹ ਵੱਡੇ ਗੈਪ ਵਿੱਚ ਨਾ ਤਾਂ ਗੁਰੂ ਗ੍ਰੰਥ ਸਾਹਿਬ ਹੀ ਕਿਤੇ ਗੁੰਮ ਹੋਏ, ਨਾ ਇਹਨਾਂ ਦਾ ਪ੍ਰਚਾਰ ਰੁਕਿਆ, ਨਾ ਗੁਰਦੁਆਰੇ ਬਣਨ ਹੋਟੇ। ਇਹ ਤਾਂ ਜਿਹੜੀ ਭਾਈ ਗੁਰਦਾਸ ਦੀ ਕਥਨ ਸੀ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਰਾਬ ਸੋਹਾ, ਪਿੰਡਾਂ ਵਿੱਚ ਨਗਰਾਂ ਵਿੱਚ ਉਹਨਾਂ ਨੇ ਕੁਟੀਆਂ ਬਣਾਈਆਂ, ਉੱਥੇ ਆਪ ਹੱਥ ਲਿਖਤ ਕਰ ਕਰਕੇ ਗੁਰ ਕੇ ਉਹ ਥੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਟਿਕਾਇਆ। ਇਹਦਾ ਮਤਲਬ ਉਦਾਸੀਨ ਸੰਪਰਦਾ ਤੇ ਨਿਰਮਲ ਸੰਪਰਦਾ ਹੈ, ਉਸ ਗੁਰੂ ਦੇ ਹੁਕਮ ਨੂੰ, ਵਿਦਿਆ ਦੇ ਹੁਕਮ ਨਾਲ ਗੁਰੂ ਗ੍ਰੰਥ ਸਾਹਿਬ ਗੁਰਮਤਿ ਨੂੰ ਪੂਰੀ ਤਰ੍ਹਾਂ ਠੀਕ ਹੈ। ਹੁਣ ਸ਼੍ਰੋਮਣੀ ਕਮੇਟੀ ਕੋਲ ਸਾਧਨ ਹਨ, ਪੈਸਾ ਆਇਆ, ਆਫਸਾਈਡ ਮਸ਼ੀਨਾਂ ਲੱਗੀਆਂ ਨੇ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਲੱਗਿਆ, ਛਾਪਣ ਲੱਗਿਆ, ਰਾਤੋ ਰਾਤ 10,000 20,000 ਛਾਪ ਦਿੰਦੇ। ਪਰ ਉਸ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਲੱਗਿਆ 6 ਮਹੀਨੇ ਤੋਂ ਜ਼ਿਆਦਾ, ਸਾਲ ਤੋਂ ਜ਼ਿਆਦਾ ਟਾਈਮ ਲੱਗਦਾ ਸੀ। ਔਰ ਮੇਰੇ ਇੱਕ ਗੁਰੂ ਜੀ ਦੇ ਦੋਸਤ ਸੀ, ਤਾਂ ਉਹਨਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਲਿਖ ਕੇ ਗੁਰੂ ਜੀ ਨੂੰ ਦਿੱਤਾ, ਤਾਂ ਮੈਨੂੰ ਗੁਰੂ ਜੀ ਨੇ ਦੱਸਿਆ ਵੀ ਉਹਨਾਂ ਨੇ ਪਹਿਲਾਂ ਪੇਟ ਸਾਫ ਕਰਨਾ, ਫਿਰ ਉਹਨਾਂ ਨੇ ਆਪਣਾ ਖਾਣਾ ਪੀਣਾ ਸੋਧਣਾ, ਉਹਨਾਂ ਨੇ ਇਹ ਦੇਖਣਾ ਵੀ ਆਵਾਸੀ ਨੀ ਆਉਣੀ ਚਾਹੀਦੀ, ਹਵਾ ਨੀ ਸਰਨੀ ਚਾਹੀਦੀ, ਔਰ ਨਿੱਛ ਨੀ ਆਉਣੀ ਚਾਹੀਦੀ। ਜਦੋਂ ਸਰੀਰ ਵਿੱਚ ਇਹ ਇਸ ਤਰ੍ਹਾਂ ਦਾ ਮਤਲਬ ਉਹ ਆਪਣੇ ਵਾਸ਼ਰੂਮ ਵਗੈਰਾ ਨਾ ਜਾਣ, ਇਹ ਨਾ ਆਵੇ, ਬਿਲਕੁਲ ਸ਼ੁੱਧ ਹੋ ਕੇ ਬੈਠਣਾ, ਇੱਕ ਘੰਟਾ ਦੋ ਘੰਟੇ ਜਿਵੇਂ ਉਹ ਸ਼ੁੱਧ ਹੋ ਕੇ ਬੈਠਦੇ ਉਹਨਾਂ ਚ ਲਿਖਣਾ, ਜਦੋਂ ਆਵਾਸੀ ਆਉਣ ਲੱਗ ਜਾਏ, ਹਵਾ ਸਰਨ ਦਾ ਟਾਈਮ ਆ ਜਾਏ, ਨਿੱਛ ਆ ਜਾਏ, ਉਹਨਾਂ ਨੂੰ ਛੱਡ ਦੇਣਾ, ਨਹੀਂ ਲਿਖਣਾ ਤੇ ਦੁਬਾਰਾ ਫਿਰ ਇਸ਼ਨਾਨ ਕਰਕੇ ਦੁਬਾਰਾ ਸਾਵਧਾਨ ਹੋ ਕੇ ਫਿਰ ਉਹਨਾਂ ਨੂੰ ਲਿਖਣਾ। ਯਾਨੀ ਇੰਨੀ ਸੋਚ ਨਾਲ, ਇੰਨੇ ਪ੍ਰੇਜ ਨਾਲ, ਇੰਨੇ ਸਾਧਨ ਮਾਰੇ ਨੇ ਉਸ ਰੂਪ ਲੈਦੇ। ਤੇ ਇਹਨੂੰ ਰੱਖਣ ਵਿੱਚ ਉਹਨਾਂ ਲੋਕਾਂ ਨੇ ਮਤਲਬ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਹੈ ਉਸ ਸਮੇਂ 'ਚ, ਪਿੰਡਾਂ ਵਿੱਚ, ਨਗਰਾਂ 'ਚ, ਸ਼ਹਿਰਾਂ 'ਚ, ਦੇਹਾਤ ਵਿੱਚ। ਚਲੋ ਪੰਜਾਬ ਤਾਂ ਸਿੱਖੀ ਹੈ ਹੀ ਸੀ, ਇੱਥੇ ਤਾਂ ਸੰਭਾਲ ਸੀ, ਯੂਪੀ ਵਿੱਚ, ਮੱਧ ਪ੍ਰਦੇਸ਼ ਵਿੱਚ, ਮਹਾਰਾਸ਼ਟਰਾ ਵਿੱਚ, ਉੱਧਰ ਵੀ ਸੰਤਾਂ ਲੋਕਾਂ ਨੇ ਜਾ ਕੇ ਇਹਦਾ ਪ੍ਰਚਾਰ ਕੀਤਾ ਜੀ। ਜੀ ਪਹਿਲੇ ਆਸ਼ੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰਨ ਤੌਰ ਤੇ 1686 'ਚ ਮਹਾਰਾਜ ਨੇ ਉਹਨਾਂ ਨੂੰ ਭੇਜਿਆ, ਤੇ 1743 ਬਿਕਰਮੀ ਵਿੱਚ 13 ਸਾਲ ਦੇ ਅਰਸੇ ਵਿੱਚ ਉਹਨਾਂ ਨੇ ਇਹ ਵਿੱਦਿਆ ਲਈ ਔਰ ਪੜ੍ਹ ਕੇ ਵਿਦਵਾਨ ਹੋ ਕੇ, ਪ੍ਰਕਾਟ ਵਿਦਵਾਨ ਹੋ ਕੇ ਉਹ ਵਾਪਸ ਆਏ ਜੀ। ਦੂਜਾ ਆਸ਼ਾ ਮਹਾਰਾਜ ਦਾ ਇਹ ਸੀਗਾ ਵੀ ਸਿੱਖਾਂ ਨੂੰ ਜੰਗਜੂ ਯਾਨੀ ਹਥਿਆਰ ਦਿੰਦਾ, ਕਿਉਂਕਿ ਮੁਗਲੀਆ ਖਾਨਦਾਨ ਵਿੱਚ ਇੱਕ ਉਸ ਵੇਲੇ ਕਾਨੂੰਨ ਸੀ, ਜਦੋਂ ਅਸੀਂ ਤਵਾਰੀ ਖਾਲਸਾ ਗੁਰੂ ਖਾਲਸਾ ਪੜ੍ਹਦੇ ਹਾਂ ਤੇ ਉਹਦੇ ਵਿੱਚ ਗਿਆਨ ਗਿਆਨ ਸੁਣ ਆਰੰਭ ਵਿੱਚ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਦੇ ਜਨਮ ਤੋਂ ਪਹਿਲਾਂ ਦਾ ਔਰ ਉਹਨਾਂ ਦੇ ਹੁਣ ਦੇ ਟਾਈਮ ਦਾ ਬੜਾ ਜ਼ਿਕਰ ਕੀਤਾ ਵੀ ਕਿਸ ਤਰ੍ਹਾਂ ਦਾ ਭਿਆਨਕ ਸਮਾਂ ਸੀ। ਇਉਂ ਵੀ ਕਹਿ ਸਕਦੇ ਹਾਂ ਕਿ ਹਿਸਟਰੀ ਵਿੱਚ ਬਹੁਤ ਥਾਂ ਮਿਲਦਾ ਜਿੱਥੇ ਭਈ ਮੌਰੀਆ ਖਾਨਦਾਨ ਜਿਹੜੇ ਸੀ ਹਿੰਦੂ ਲੋਕਾਂ ਨੂੰ ਇੰਨੇ ਕੁ ਜਹਾਲਤ ਭਰੇ ਜੀਵਨ ਵਿੱਚ ਲੰਘਾ ਰਹੇ ਸੀ ਵੀ ਕੋਈ ਪੱਗ ਨਾ ਬੰਨ ਸਕੇ, ਜੁੱਤੀ ਨਾ ਪਾ ਸਕੇ, ਕੋਈ ਘੋੜੇ ਦੀ ਸਵਾਰੀ ਨਾ ਕਰੇ, ਕੋਈ ਬੈਲ ਗਊ ਘਰ ਚੰਗੀ ਨਹੀਂ ਰੱਖ ਸਕਦਾ, ਬਹੂ ਬੇਟੀ ਉਹ ਘਰ ਨਹੀਂ ਰੱਖ ਸਕਦਾ ਸੀ, ਯਾਨੀ ਇੱਦਾਂ ਦੇ ਹਾਲਾਤ ਸੀਗੇ ਵੀ ਉਹਨਾਂ ਦੀ ਮੁਨਾਪਰੀ ਸੀ। ਔਰ ਹਿੰਦੂ ਮਤ ਨੂੰ ਤਾਂ ਉਹਨਾਂ ਨੇ ਬਿਲਕੁਲ ਇੱਕ ਕਿਸਮ ਦਾ ਮਰੀਆ ਮੇਟ ਕੀਤਾ ਹੋਇਆ। ਮੈਂ ਇੱਕ ਜਗ੍ਹਾ ਇਹ ਵੀ ਪੜ੍ਹਿਆ ਵੀ ਉਹ ਕਹਿੰਦੇ ਵੀ ਜੇ ਉਹ ਥੁੱਕਣਾ ਚਾਹੇ ਮੁਗਲ ਤਾਂ ਹਿੰਦੂ ਮੂੰਹ ਅੱਡ ਦੇਵੇ ਆਪਣਾ ਤੇ ਥੁੱਕ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਇਹ ਜਿਹੜੀ ਜਹਾਲਤ ਭਰੀ ਜ਼ਿੰਦਗੀ ਹੈ ਤੋਂ ਛੁਟਕਾਰਾ ਤੇ ਤਾਂ ਮਿਲੇਗਾ ਜੇ ਖਾਲਸਾ ਹਥਿਆਰਬੰਦ ਹੋ ਜਾਏ, ਯਾਨੀ ਦੂਸਰਾ ਪਹਿਲਾ ਸ਼ਾਸਤਰ ਉਹ ਦੇ ਦਿੱਤਾ ਸੰਤਾਂ ਲੋਕਾਂ ਨੂੰ ਤੇ ਸ਼ਸਤਰ ਖਾਲਸੇ ਨੂੰ ਦਿੱਤਾ। ਹੁਣ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਵਿਸਾਖੀ ਦੀ ਵੀ, ਸ਼ਸਤਰ ਉਹਨਾਂ ਨੂੰ ਦੇਣਾ, ਬਿਲਕੁਲ ਸ਼ਸਤਰ ਹੱਥ ਵਿੱਚ ਹੋਵੇ। ਦੇਖੋ ਭਈ ਜਿਹੜੇ ਕਬੱਡੀ ਖੇਡਣ ਵਾਲੇ ਮੁੰਡੇ ਹੈ ਜਾਂ ਫੁੱਟਬਾਲ ਖੇਡਣ ਵਾਲੇ ਕਦੇ ਲੜਦੇ ਨੀ, ਪਰ ਜਿਹਨਾਂ ਦੇ ਹੱਥਾਂ ਜਾਖੀਆਂ ਉਹਦੇ ਹਾਕੀ ਖੇਡਣ ਵਾਲੇ ਮੁੰਡੇ ਹਥਿਆਰ ਕੋਲ ਦਾ ਫਟਾਫਟ ਫਾੜ ਫਾੜ ਕਰਦੇ ਮਾਰਦੇ। ਜਦੋਂ ਆਦਮੀ ਦਾ ਹਥਿਆਰ ਕੋਲ ਹੋਵੇ ਤਾਂ ਆਦਮੀ ਚ ਬਲ ਅੰਦਰੋਂ ਪੈਦਾ ਹੁੰਦਾ, ਦੂਜੇ ਦਾ ਮੁਕਾਬਲਾ ਕਰ ਸਕਦੇ। ਗੁਰੂ ਸਾਹਿਬ ਨੇ ਕਿਹਾ ਇਹ ਕਹਿੰਦੇ ਹਥਿਆਰ ਨੀ ਫੜਨ ਦੇਣਾ, ਡੰਡਾ ਨੀ ਫੜਨ ਦੇਣਾ, ਮੈਂ ਤਾਂ ਇਹਨਾਂ ਨੂੰ ਸਾਰੇ ਹਥਿਆਰ ਦੇਣੇ। 17 ਸਾਲ ਦੀ ਉਮਰ ਚ ਪੌਂਟਾ ਸਾਹਿਬ ਤੋਂ ਤੁਰਨ ਨੇ ਕੰਮ ਸ਼ੁਰੂ ਕਰਤਾ ਔਰ ਮਸ਼ਨੂਹੀ ਉਹ ਬਣਾ ਕੇ ਜਥੇ ਉਹਨਾਂ ਨੂੰ ਪੂਰੀ ਜਿਹੜੀ ਟ੍ਰੇਨਿੰਗ ਸੀ ਉਹ ਦੇਣੀ ਸ਼ੁਰੂ ਕੀਤੀ। ਤੇ ਕਈ ਹੁਣ ਉਸ ਤੋਂ ਬਾਅਦ ਜਦੋਂ ਇਹ ਵਿਸਾਖੀ ਦੇ ਦਿਹਾੜੇ ਦੀ ਆਪਾਂ ਗੱਲ ਕਰੀਏ, ਮਹਾਰਾਜ ਨੇ ਦੇਖਿਆ ਵੀ ਮੇਰੇ ਸਿੱਖਾਂ 'ਚ ਥੋੜ੍ਹੀ ਤਬਦੀਲੀ ਆਈ ਹੈ ਤਾਂ ਹੁਣ ਇਹਨਾਂ ਦੀ ਥੋੜ੍ਹੀ ਮੈਂ ਸ਼ਕਤੀ ਪਰਖ ਲਵਾਂ, ਦੇਖਾਂ ਵੀ ਕਿੰਨੇ ਕੁ ਉਤਰਦੇ ਨੇ। ਬਾਕੀ ਗੁਰੂ ਨਾਨਕ ਦੇਵ ਜੀ 1496 ਤੋਂ ਲੈ ਕਰਕੇ 4 ਸਾਲ ਉਹ ਪਾ ਲਓ 15 ਹੋ ਗਿਆ ਤੇ ਇੱਧਰ 1700
ਹੁਣ ਜਾ ਰਿਹਾ 1699 ਹੋ ਗਏ, ਸਮਝੋ 300 ਸਾਲ ਦੇ ਨੇੜੇ ਤੇੜੇ ਸਮਾਂ ਭਗਤੀ ਵਿੱਚੋਂ ਲਹਿਰ ਸਾਰੀ ਚੱਲ ਰਹੀ ਸੀ ਤੇ ਉਹਦੇ ਵਿੱਚੋਂ ਜਿਹੜੀ ਸ਼ਕਤੀ ਪੈਦਾ ਹੋਣੀ ਸੀ, ਜੋਸ਼ ਪੈਦਾ ਹੋਣਾ ਸੀ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਦੇਖਣਾ ਸ਼ੁਰੂ ਕੀਤਾ। ਜਦੋਂ ਵਿਸਾਖੀ ਦਾ ਦਿਹਾੜਾ ਆਇਆ ਤੇ ਮਹਾਰਾਜ ਨੇ ਉਸ ਵੇਲੇ ਇੱਕ ਖਾਸ ਕਿਸਮ ਦਾ ਪ੍ਰੋਗਰਾਮ ਉਲੀਕਿਆ, ਜਿਹੜੇ ਦੇਸ਼ ਵਿਦੇਸ਼ ਵਿੱਚ ਦੂਰ ਦੁਰਾਡਿਆਂ ਵਿੱਚ ਕਿਤੇ ਵੀ ਸਿੱਖ ਵਸਦੇ ਸੀ ਉਹਨਾਂ ਨੂੰ ਬੁਲਾਇਆ, ਆਓ ਵਿਸਾਖੀ ਮਨਾਈਏ। ਵਿਸਾਖੀ ਦਾ ਦਿਨ ਜਿੱਥੇ ਸਿੱਖ ਜਗਤ ਵਿੱਚ ਬੜੀ ਮਹੱਤਤਾ ਰੱਖਦਾ ਹੈ, ਉੱਥੇ ਮੈਂ ਸਮਝਦਾ ਆਮ ਸਮਾਜ ਵਿੱਚ ਵੀ ਬਹੁਤ ਮਹੱਤਤਾ ਰੱਖਦਾ। ਜ਼ਿਮੀਂਦਾਰੀ ਖੇਤਰ ਵਿੱਚ ਕਣਕ ਦੀ ਫਸਲ ਸਭ ਤੋਂ ਵੱਡੀ ਹੈ, ਦੂਸਰੀਆਂ ਫਸਲਾਂ ਜਿਹੜੀਆਂ ਨਾ ਉਹ ਹੈਗੀਆਂ ਤਾਂ ਕਮਰਸ਼ੀਅਲ ਫਾਇਦੇਮੰਦ ਨੇ, ਦੇਦੀਆਂ ਨੇ, ਪਰ ਜੋ ਜਿਹੜੀ ਫਸਲ ਕਣਕ ਦੀ ਅਹਿਮੀਅਤ ਹੈ ਉਹ ਸਾਰੇ ਸੰਸਾਰ ਲਈ, ਉਹ ਦੂਜੇ ਲਈ ਨਹੀਂ, ਕਿਉਂਕਿ ਸਾਰੇ ਸਾਲ ਦੀ ਰੋਟੀ ਜਿਹੜੀ ਕਣਕ ਦੀ ਚੱਲਦੀ ਹੈ, ਬਾਕੀ ਮੱਕੀ ਕੋ ਕਿਤੇ ਦੋ ਦਿਨ ਖਾਂਦਾ ਕੋਈ ਲਾਈਕ ਨਹੀਂ ਕਰਦਾ। ਇਸ ਵਾਸਤੇ ਇਹ ਜਦੋਂ ਜ਼ਿਮੀਂਦਾਰ ਬੋਂਦੇ ਹੈ ਸੋਨੇ ਰੁਪਏ ਜਿਹੜਾ ਦਾਣਾ ਕਣਕ ਹੈ ਉਹ ਵਿਸਾਖੀ ਦੇ ਨੇੜੇ ਆਉਣੀ ਸ਼ੁਰੂ ਹੁੰਦੀ ਹੈ, ਇਸ ਵਾਸਤੇ ਵਿਸਾਖੀ ਨੂੰ ਇਹ ਜ਼ਿਮੀਂਦਾਰ ਲੋਕ ਨੂੰ ਬੜੀ ਅਹਿਮੀਅਤ ਹੈ। ਗੁਰੂ ਸਾਹਿਬ ਨੇ ਕਿਹਾ ਵੀ ਵਿਸਾਖੀ ਨੂੰ ਲੋਕ ਵਿਹਲੇ ਹੈ ਤੇ ਵੈਸੇ ਵੀ ਖੁਸ਼ ਨੇ, ਜਦੋਂ ਆਦਮੀ ਕੋਲ ਖੁਸ਼ ਹੋਵੇ ਉਹਦੇ ਕੋਲੋਂ ਕੋਈ ਚੀਜ਼ ਮੰਗੀ ਵੀ ਜਾ ਸਕਦੀ ਹੈ, ਉਹਨੂੰ ਤੋਂ ਕੋਈ ਕੰਮ ਕਰਾਇਆ ਵੀ ਜਾ ਸਕਦਾ, ਤੇ ਜੇ ਆਦਮੀ ਦੁਖੀ ਹੋਵੇ ਰੋ ਰਿਹਾ ਹੋਵੇ ਤਾਂ ਉਹਦੇ ਕੋਲੋਂ ਉਹ ਸਰਦਾ। ਗੁਰੂ ਸਾਹਿਬ ਨੇ ਐਨ ਅੱਛੇ ਮੌਕੇ ਦੀ ਤਾਲ ਕਰਕੇ ਬੜੀ ਪਲੈਨਿੰਗ ਦੇ ਨਾਲ ਬੁਲਾਇਆ, ਬੜੀ ਪਲੈਨਿੰਗ ਦੇ ਨਾਲ ਜਿਹੜਾ ਗੁਰੂ ਸਾਹਿਬ ਨੇ ਇਹ ਦਿਨ ਨਿਸ਼ਚਿਤ ਕੀਤਾ, ਤੇ ਕੁਦਰਤੀ ਬੁਲਾਉਣਾ ਵੀ ਕਿਹੜਾ ਸੌਖਾ ਸੀਗਾ ਉਸ ਵੇਲੇ, ਇਹ ਤਾਂ ਹੈ ਨਹੀਂ ਸੀ ਵੀ ਕੋਈ ਐਡਵਰਟਾਈਜ਼ਮੈਂਟ ਜਾਂ ਅਨਾਊਂਸਮੈਂਟ ਹੋ ਜਾਏਗੀ, ਸਾਰਾ ਕੁਝ ਦਸਤੀ ਜਾਂ ਸਿੰਘਾਂ ਦੇ ਰਾਹੀਂ ਜਾਂ ਸੁਨੇਹੇ ਭੇਜ ਸੰਚਾਰ ਦੇ ਮਾਧਿਅਮ ਸੀਗੇ, ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਸੁਨੇਹੇ ਭੇਜੇ, ਹੁਕਮਨਾਮੇ ਭੇਜੇ ਤੇ ਸੰਗਤਾਂ ਇਕੱਤਰ ਹੋਈਆਂ। ਔਰ ਉਸ ਤਿਆਰੀ ਵਿੱਚ ਇਹੋ ਜਿਹੀ ਇੱਕ ਅਦਭੁਤ ਔਰ ਦਲੇਰਾਨਾ ਔਰ ਸ਼ਕਤੀ ਪੈਦਾ ਹੋਣਾ ਸੁਭਾਵਿਕ ਸੀ ਜੀ। ਤੇ ਅਸੀਂ ਇੱਥੇ ਤੱਕ ਪੁੱਜੇ ਸੀ ਵੀ ਮਹਾਰਾਜ ਨੇ ਇਹ ਵਿਸਾਖੀ ਦਾ ਦਿਨ ਰੱਖਿਆ, ਉਹਨਾਂ ਵੇਖਿਆ ਜ਼ਿਮੀਂਦਾਰ ਖੁਸ਼ ਨੇ, ਉਹਨਾਂ ਦੀ ਫਸਲਬਾੜੀ ਘਰ ਆਉਣ ਵਾਲੀ ਹੈ, ਔਰ ਇਸ ਵੇਲੇ ਅਜੇ ਵਿਹਲੇ ਹੈ, ਉਹਨਾਂ ਨੂੰ 2-4-6-10 ਦਿਨ ਦਾ ਟਾਈਮ ਹੈ, ਉਹਨਾਂ ਨੂੰ ਫਸਲ ਲਿਆਉਣੀ ਹੈ, ਤੇ ਇਹੋ ਜਿਹੇ ਖੁਸ਼ੀ ਭਰੇ ਸਮੇਂ 'ਚ ਪੂਰੀ ਲੋਕਾਈ ਵੀ ਖੁਸ਼ੀ ਹੈ। ਤਾਂ ਮਹਾਰਾਜ ਨੇ ਇੱਕ ਉਸ ਸਮਾਗਮ ਨੂੰ ਆਯੋਜਿਤ ਕੀਤਾ, ਵਿਸਾਖੀ ਦਾ ਦਿਹਾੜਾ ਰੱਖਿਆ। ਔਰ ਐਂ ਸਮਝ ਲਈਏ ਵੈਸੇ ਵਿਸਾਖ ਮਹੀਨਾ ਚੜ੍ਹਿਆ ਕੋਈ ਗੱਲ ਨਹੀਂ, ਵਿਸਾਖ ਚੜ੍ਹਦਾ ਸੰਮਤ ਦੇ ਲਿਹਾਜ ਨਾਲ ਚੜ੍ਹਦਾ ਵਿਸਾਖ, ਤੇ ਜਿਹੜਾ ਬਿਕਰਮੀ ਸੰਮਤ ਹੈ ਉਹ ਤੇ ਮਾਰਚ ਦੀ 29 ਨੂੰ ਚੜ੍ਹ ਗਿਆ, ਪਰ ਇਹ ਹੁਣ ਜਾ ਕੇ 13 ਨੂੰ ਵਿਸਾਖੀ ਨੂੰ ਚੜ੍ਹੇਗਾ। ਪਰ ਜਿਹੜਾ ਮੇਨ ਸੀਗਾ ਨਾ, ਸਤਿਗੁਰਾਂ ਨੇ ਪ੍ਰਕਿਰਤੀ ਦੇ ਮਾਹੌਲ ਨੂੰ ਵੀ ਲੋਕਾਂ ਦੀ ਸਾਰੀ ਉਸ ਵੇਦਨਾ ਨੂੰ ਸਮਝ ਕੇ ਤੇ ਇਹ ਤਿਉਹਾਰ ਰੱਖਿਆ। ਉਹਦੇ 'ਚ ਇੱਕ ਬੜੀ ਵੱਡੀ ਸੋਚਣ ਵਾਲੀ ਗੱਲ ਹੈ, ਜਿੱਦਾਂ ਪੰਜਾਂ ਪਿਆਰਿਆਂ ਦੇ 5 ਨਾਂ ਨੇ, ਤਾਂ ਉਹਨੂੰ ਜੀ ਧਾਰਮਿਕ ਦ੍ਰਿਸ਼ਟੀ ਤੋਂ ਵੇਖਦੇ ਹਾਂ ਤਾਂ ਏਡੀ ਡੂੰਘੀ ਸੋਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ, ਮੈਂ ਕਹਿੰਦਾ ਹੋਰ ਕਿਸੇ ਦੀ ਨਹੀਂ ਹੋ ਸਕਦੀ। ਤੁਸੀਂ ਅੰਦਾਜ਼ਾ ਲਾਓਗੇ, ਪਹਿਲਾ ਸਿੱਖ ਜਦੋਂ ਉਹਨਾਂ ਨੇ ਬਾਹਰ ਸਟੇਜ 'ਤੇ ਆਣ ਕੇ ਤੇ ਜਿਹੜੀ ਪਹਿਲਾਂ ਚੋਣ ਕੀਤੀ ਪੜ੍ਹਨ ਵਾਲਿਆਂ ਦੀ, ਉਹਨਾਂ ਨੂੰ ਆਵਾਜ਼ ਦਿੱਤੀ ਵੀ ਭਾਈ ਕਰਮ ਸਿੰਘ ਜੀ ਆਓ, ਭਾਈ ਵੀਰ ਸਿੰਘ ਜੀ ਆਓ। ਪਰ ਇੱਥੇ ਜਿਹੜੀ ਚੋਣ ਸੀ ਉਹ ਬੜੀ ਅਦਭੁਤ ਸੀ, ਤੇ ਚਮਕਦੀ ਜਿਹੜੀ ਸ਼ਮਸ਼ੀਰ ਹੈ ਤਲਵਾਰ ਹੈ ਨੰਗੀ ਕਰਕੇ, ਤਾਂ ਉਹਨਾਂ ਨੂੰ ਏਡੇ ਚਾਹੋ ਜਲਾਲ ਨਾਲ ਕਿਹਾ ਵੀ ਇੱਕ ਸਿਰ ਦੀ ਲੋੜ ਹੈ, ਸਿੱਖ ਦੀ ਲੋੜ ਨਹੀਂ ਕਿਹਾ, ਉਹ ਬੰਦਾ ਆ ਜਾ ਜੇ ਤੇਰੇ ਸਿਰ ਦੀ ਲੋੜ, ਇੱਕ ਸਿੱਖ ਦੀ ਲੋੜ ਹੈ। ਤੇ ਸੋਚ ਸਮਝ ਕੇ ਦੂਸਰੀ ਵਾਰੀ ਕਹਿਣ ਤੋਂ ਭਾਈ ਦਇਆ ਸਿੰਘ ਦਇਆ ਰਾਮ ਜੀ ਉੱਠੇ ਨੇ। ਹੁਣ ਤੁਸੀਂ ਇੱਕ ਗੱਲ ਨੂੰ ਅਧਿਆਤਮਕ ਤਰੀਕੇ ਨਾਲ ਸੋਚਿਓ, ਦਇਆ ਜਿਹੜੀ ਹੈ ਨਾ ਉਹ ਧਰਮ ਦਾ ਮੂਲ ਹੈ, ਮੂਲ ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ, ਜਿੱਥੇ ਧਰਮ ਨਹੀਂ ਹੈ ਉੱਥੇ ਸਬਰ ਸੰਤੋਖ ਸੁੱਚ ਸੰਜਮ ਅਹਿੰਸਾ ਮ੍ਰਿਦ ਵਚਨ ਕੁਛ ਨਹੀਂ। ਜਾਣੀ ਧਰਮ ਦੀ ਮਾਂ ਦਇਆ, ਔਰ ਦਇਆ ਤੋਂ ਪਿੱਛੋਂ ਫਿਰ ਧਰਮ ਦੀ ਉਤਪਤੀ ਹੈ, ਧਰਮ ਪੁੱਤਰ ਹੈ, ਧਰਮ ਤੋਂ ਗਾਂ ਫਿਰ ਜਿੰਨੇ ਵੀ ਸ੍ਰੇਸ਼ਟਾਚਾਰ ਦੇ ਇਨਸਾਨ ਦੇ ਸ਼ੁਭ ਗੁਣ ਨੇ ਉਹ ਸਾਰੇ ਫਿਰ ਪੈਦਾ। ਤੇ ਮਹਾਰਾਜ ਨੇ ਪਹਿਲਾਂ ਦਇਆ ਦਇਆ ਉਸ ਬਾਰਾ ਨੇਚੁਰਲ ਧਰਮ ਆਏਗਾ ਜੀ ਜੀ, ਦਇਆ ਆ ਗਈ ਤੇ ਧਰਮ ਆਏਗਾ ਜੀ ਜੀ। ਇਹ ਤੁਸੀਂ ਦੇਖੋ ਸਟੇਜ ਬਾਈ ਸਟੇਜ ਚੱਲੇ ਨੇ, ਦਇਆ ਤੋਂ ਬਾਅਦ ਧਰਮ ਪੈਦਾ ਹੋਇਆ, ਧਰਮ ਤੋਂ ਬਾਅਦ ਜਦੋਂ ਆਦਮੀ ਦਾ ਮੋਹ ਹੁੰਦਾ ਨਾ, ਮੋਹ ਜਿਹੜਾ ਆਦਮੀ ਨੂੰ ਉਹ ਬਹੁਤੇ ਸਾਰੇ ਕੰਮਾਂ ਤੋਂ ਗਿਰਾ ਦਿੰਦਾ, ਡੇਗ ਦਿੰਦਾ, ਨੀਚ ਅਵਸਥਾ ਚ ਲੈ ਜਾਂਦਾ, ਚੋਰੀ ਚ ਵੀ ਲੈ ਜਾਂਦਾ, ਘਟੀਆ ਸਮਾਜ ਦੇ ਕੰਮਾਂ ਚ ਲੈ ਜਾਂਦਾ।
ਤੇ ਜਦੋਂ ਮੋਹ ਖਤਮ ਹੋਇਆ ਹੈ ਫਿਰ ਆਦਮੀ ਜਿਹੜਾ ਨਾ ਉਹ ਪਬਲਿਕ ਵਾਸਤੇ ਲੋਕਾਂ ਵਾਸਤੇ ਜਨ ਸਧਾਰਨ ਵਾਸਤੇ ਧਰਮ ਵਾਸਤੇ ਉਹ ਕੁਰਬਾਨੀ ਕਰਨ ਤਿਆਰ ਹੈ। ਫਿਰ ਮੌਕਾ ਵੀ ਆ ਗਿਆ ਕਿ ਆਏ ਹਿੰਮਤ ਸਿੰਘ ਜਿਸ ਬੰਦੇ ਅੰਦਰ ਧਰਮ ਹੈ ਦਇਆ ਹੈ ਹਿੰਮਤ ਉਹੀ ਰੱਖਦਾ ਜਿਹਦੇ ਅੰਦਰ ਦਇਆ ਨਹੀਂ ਹੈ ਰਸਤੇ ਚ ਐਕਸੀਡੈਂਟ ਹੋਇਆ ਅਸੀਂ ਤੁਰੇ ਜਾਂਦੇ ਜਦੋਂ ਦਇਆ ਪੈਦਾ ਹੁੰਦੀ ਹੈ ਅਸੀਂ ਉਸ ਐਕਸੀਡੈਂਟ ਵਾਲੇ ਚੁੱਕਦੇ ਹਾਂ ਪੈਸੇ ਵੀ ਕੱਟਦੇ ਹਾਂ ਫੋਨ ਵੀ ਦਿੰਦੇ ਹਾਂ ਹਸਪਿਟਲ ਵੀ ਲੈ ਕੇ ਜਾਂਦੇ ਦਇਆ ਨਹੀਂ ਪੈਦਾ ਹੁੰਦੀ ਛੱਡ ਦਿੰਦੇ ਤੇ ਦਇਆ ਤੋਂ ਬਾਅਦ ਹਿੰਮਤ ਧਰਮ ਦੇ ਨਾਲ ਹਿੰਮਤ ਪੈਦਾ ਹੋਈ ਫਿਰ ਜਦੋਂ ਆਦਮੀ ਹਿੰਮਤ ਕਰਦਾ ਤੇ ਉਹਨੂੰ ਫਿਰ ਕੋਈ ਕੰਮ ਕਰਨਾ ਔਖਾ ਨਹੀਂ ਤੇ ਦੇਖੋ ਤੀਸਰਾ ਜਿਹੜਾ ਹਿੰਮਤ ਆਈ ਤੇ ਭਾਈ ਹਿੰਮਤ ਸਿੰਘ ਹਿੰਮਤ ਸਿੰਘ ਤੋਂ ਅੱਗੇ ਫਿਰ ਮੋਹਕਮ ਫਿਰ ਜੇ ਸਮਾਜ ਦਾ ਪਿਆਰ ਦਾ ਘਰਦਿਆਂ ਦਾ ਬੱਚਿਆਂ ਦਾ ਜ਼ਮੀਨ ਜ਼ਿਆਦਾ ਤਾਂ ਆਪਣੇ ਸਰੀਰ ਦਾ ਮੋਹ ਹੋਵੇ ਤਾਂ ਆਦਮੀ ਫਿਰ ਕੁਛ ਕਰ ਨਹੀਂ ਸਕਦਾ ਉਹ ਲੋਕ ਸੇਵਾ ਜਾਂ ਜਨਤਾ ਦੀ ਸੇਵਾ ਜਾਂ ਕਿਸੇ ਨੇ ਕੁਛ ਨਹੀਂ ਕਰਦਾ ਹੁਣ ਇੱਥੇ ਸਤਿਗੁਰਾਂ ਨੇ ਜਿਹੜਾ ਚੌਥਾ ਦਾ ਲਿਆਂਦਾ ਚੌਥਾ ਆਇਆ ਸਤਿਗੁਰਾਂ ਕੋਲ ਮੋਹ ਕਮਾਇਆ ਮੌਕਾ ਜਦੋਂ ਸਾਰੀਆਂ ਚੀਜ਼ਾਂ ਹੋ ਗਈਆਂ ਦਇਆ ਵੀ ਆ ਗਈ ਧਰਮ ਵੀ ਆ ਗਿਆ ਹਿੰਮਤ ਵੀ ਆ ਗਈ ਮੋਹ ਵੀ ਕੰਮ ਹੋ ਗਿਆ ਤੇ ਫਿਰ ਸਾਹਿਬ ਹੈ ਗੁਰੂ ਸਾਹਿਬ ਨੇ ਜਿੱਥੇ ਇਹਨਾਂ ਦੇ ਨਾਂ ਪਹਿਲਾਂ ਹੀ ਇਸ ਤਰ੍ਹਾਂ ਸੀ ਔਰ ਉਹਨਾਂ ਦੀ ਤਰਤੀਬ ਚੋਣ ਏਡੀ ਅਜੀਬ ਤਰੀਕੇ ਨਾਲ ਹੋਈ ਏਡੀ ਮਤਲਬ ਹਮ ਸਮਝਦੇ ਹਾਂ ਬਈ ਮਹਾਰਾਜ ਦੀ ਕੋਈ ਕਿਰਪਾ ਨਾ ਹੋਈ ਤੇ ਉਹਨਾਂ ਨੇ ਇੱਕ ਪੰਜਾਂ ਪਿਆਰਿਆਂ ਵਿੱਚ ਇੱਕ ਧਰਮ ਦੀ ਐਸੀ ਸਾਂਝ ਬਣਾ ਦਿੱਤੀ ਜਿਹਦੇ ਨਾਲ ਆਦਮੀ ਜਿਸ ਤਰ੍ਹਾਂ ਵੇਦਾਂਤ ਵਾਲੇ ਕਹਿੰਦੇ ਆ ਵੀ ਆਦਮੀ ਵਿਵੇਕ ਕਰੇ ਫਿਰ ਵਿਰਾਗ ਕਰੇ ਫਿਰ ਹਰ ਸੰਪਤੀ ਦੇ ਸਾਧਨਾਂ 'ਚ ਜਾਏ ਫਿਰ ਉਹ ਮੋਕਸ਼ੂ ਮੁਕਤੀ ਦਾ ਹੱਕਦਾਰ ਬਣਦਾ ਫਿਰ ਉਹ ਸ਼ਰਵਣ ਕਰੇ ਜਿੱਦਾਂ ਕੀਰਤਨ ਸ਼ਰਵਣ ਕਰਨਾ ਸ਼ਰਵਣ ਕਰੇ ਫਿਰ ਉਹ ਸ਼ਰਵਣ ਤੋਂ ਅੱਗੇ ਮਨਨ ਕਰੇ ਸੁਣੇ ਹੋਏ ਨੂੰ ਫਿਰ ਨਿਧਿਆਸਨ ਕਰੇ ਫਿਰ ਤਤਪਤ ਤੋਂ ਪਰ ਦਾ ਲਕਸ਼ ਅਰਥ ਕੀ ਨੇ ਫਿਰ ਬ੍ਰਹਮ ਨੂੰ ਪ੍ਰਾਪਤ ਇੱਥੇ ਗੁਰੂ ਸਾਹਿਬ ਨੇ ਧਰਮ ਨੂੰ ਮੋਹਰੇ ਲਿਆਂਦਾ ਧਰਮ ਤੋਂ ਬਾਅਦ ਦਇਆ ਨੂੰ ਮੋਹਰੇ ਲਿਆਂਦਾ ਦਇਆ ਤੋਂ ਬਾਅਦ ਧਰਮ ਆ ਗਿਆ ਧਰਮ ਤੋਂ ਬਾਅਦ ਫਿਰ ਹਿੰਮਤ ਆ ਗਈ ਹਿੰਮਤ ਤੋਂ ਅੱਗੇ ਮੋਹਕਮ ਹੋ ਗਿਆ ਮੋਹਕਮ ਤੋਂ ਅੱਗੇ ਸਾਹਿਬ ਬਣਾਤਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿਵ ਸਚਿਆਰਾ ਹੋ ਗਿਆ ਸਤਿਗੁਰਾਂ ਨੇ ਕਿਹਾ ਆਹ ਚਾਰ ਪੌੜੀਆਂ ਲੰਘ ਕੇ ਤੇ ਪੰਜਵੇਂ ਤੇ ਪਹੁੰਚ ਜਾ ਸਾਹਿਬ ਹੀ ਹੈ ਤੂੰ ਸਾਹਿਬ ਬਣਾਤਾ ਜੈਸਾ ਹਰੀ ਹੋਏ ਸਾਹਿਬ ਹੀ ਦੇਵਤੀ ਦੀ ਸੋਚ ਇੰਨੀ ਵੱਡੀ ਇਹ ਜਿਹੜੀ ਹੈ ਨਾ ਚਲੋ ਵਿਦਵਾਨਾਂ ਦੀ ਗੱਲ ਹੈ ਵਿਦਵਾਨ ਕਈ ਤਰ੍ਹਾਂ ਦੀ ਗੱਲ ਆਪਣੇ ਹਿਸਾਬ ਨਾਲ ਕਰ ਰਹੇ ਤੇ ਪਰ ਮੇਰੀ ਤੁੱਛ ਜਿਹੀ ਬੁੱਧੀ ਨੇ ਇਹ ਸੋਚਿਆ ਵੀ ਗੁਰੂ ਸਾਹਿਬ ਨੇ ਉਸ ਸਚਿਆਰੇ ਪੁਰਸ਼ ਦੀ ਪੌੜੀ ਚੜ੍ਹ ਕੇ ਤੇ ਕਿਵੇਂ ਸਾਹਿਬ ਬਣਾਉਣਾ ਸੀ ਕਿਵੇਂ ਪਰਮੇਸ਼ਰ ਦਾ ਰੂਪ ਬਣਾਉਣਾ ਸੀ ਉਹ ਪੰਜਾਂ ਪਿਆਰਿਆਂ ਦੀ ਇੱਕ ਚੋਣ ਵਿੱਚ ਰੱਖ ਕੇ ਪੂਰਾ ਕਰਤਾ ਜੀ ਜੀ ਬਿਲਕੁਲ ਬਹੁਤ ਸਾਰੇ ਵਿਦਵਾਨਾਂ ਨੇ ਜਿਸ ਤਰ੍ਹਾਂ ਭਾਈ ਰਤਨ ਸਿੰਘ ਪੰਗੂ ਹੈਗਾ ਪੰਥ ਪ੍ਰਕਾਸ਼ ਹੈਗਾ ਫਿਰ ਮਹਿਮਾ ਪ੍ਰਕਾਸ਼ ਹੈਗਾ ਬੰਸਾਵਲੀ ਹੈ ਬਹੁਤੇ ਸਾਰਿਆਂ ਨੇ ਇਹਨਾਂ ਦੇ ਟਾਈਮ ਨੂੰ ਅੱਗੇ ਪਿੱਛੇ ਲਿਖਿਆ ਕਿਸੇ ਦੀ ਗਿਣਤੀ ਨਾਲ 94 ਬਣਿਆ ਕਿਸੇ ਨੇ 95 ਵੀ ਕੀਤਾ ਹੈ ਤੇ 97 98 99 ਵਿੱਚ ਲਗਾਏ ਪਰ ਮੋਸਟਲੀ ਜਿਹੜੇ ਸਿੱਖਾਂ ਵਿੱਚ ਪ੍ਰਚਲਿਤ ਹੋਈ ਉਹ 1699 ਦੀ ਸਾਥੀ ਇੱਥੇ ਵੀ ਸਾਨੂੰ ਟ੍ਰੈਜਡੀ ਹੈ ਜਿੱਦਾਂ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਦੇ ਸੰਬੰਧ ਵਿੱਚ ਜਾਂ ਸਾਡੇ ਹੋਰ ਜੀਵਨ ਗੁਰੂਆਂ ਦੇ ਸੰਬੰਧ ਵਿੱਚ ਸਾਡੇ ਵੱਖ ਵੱਖ ਲੇਖਕਾਂ ਦੀਆਂ ਵੱਖ ਵੱਖ ਰਾਏ ਨੇ ਪਰ ਇੱਥੇ ਮਤਲਬ ਅਸੀਂ ਇਉਂ ਮੰਨ ਲੈਂਦੇ ਹਾਂ ਜਿਹੜੀ ਲੋਕ ਪ੍ਰਥਾ ਚੱਲੀ ਜਾਂ ਲੋਕਾਂ ਨੇ ਜਿਹਨੂੰ ਅਕਸੈਪਟ ਕਰ ਲਿਆ ਉਹ 99 ਦੀ ਵਿਸਾਖੀ ਤੇ ਇਸ ਵਿਸਾਖੀ ਤੋਂ ਬਾਅਦ ਵਿੱਚ ਜਿਹੜਾ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਸਾਰੇ ਹੀ ਅਖਤਿਆਰ ਦਿੱਤੇ ਵੀ ਕੋਈ ਪੰਥ ਦਾ ਮਤਾ ਕਰਨਾ ਹੈ ਵੀ ਪੰਜ ਨੌਕਰੀ ਖਤਮ ਕਰਤੀ ਡਿਕਟੇਟਰਸ਼ਿਪ ਖਤਮ ਕਰਤੀ ਔਰ ਇੱਕ ਪੰਚਾਇਤੀ ਰਾਜ ਕੰਮ ਕੀਤਾ ਪੰਚਾਇਤੀ ਰਾਜ ਵਿੱਚ ਬਲ ਵੀ ਆਇਆ ਤੇ ਕੁਛ ਬਾਅਦ ਕਮਜ਼ੋਰੀਆਂ ਵੀ ਆਈਆਂ ਬਲ ਇਸ ਤਰ੍ਹਾਂ ਆਇਆ ਵੀ ਜਿੰਨਾ ਚਿਰ ਤਾਂ ਬਲ ਇਕੱਠਾ ਰਿਹਾ ਤੁਸੀਂ ਦੇਖੋ ਮਹਾਰਾਜ 1708 ਵਿੱਚ ਜੋਤੀ ਜੋਤ ਸਮਾਏ ਤੇ 1708 ਵਿੱਚ ਮਹਾਰਾਜ ਨੇ ਬੰਦੇ ਬਹਾਦਰ ਨੂੰ ਭੇਜਿਆ ਗਿਣਤੀ ਦੇ ਬੰਦੇ ਵੀ ਥੋੜੇ ਨਾਲ ਸੀ ਉੱਥੇ ਤਾਂ ਮੇਰੇ ਖਿਆਲ ਥੋੜੇ ਪੰਜ ਨਾਲ ਸੀ ਤੇ ਨਾਲ ਹੋਰ 25 ਆਏ 25 ਕੋਈ ਬੜੀ ਵੱਡੀ ਫੌਜ ਨਹੀਂ ਹੈ ਏਡਾ ਲੰਬਾ ਰਸਤਾ ਤੈਅ ਕਰਕੇ ਆਏ ਔਰ ਉਹਨਾਂ ਨੇ ਆਉਂਦਿਆਂ ਜਦੋਂ ਦਿੱਲੀ ਲੰਘੇ ਸੋਨੀਪਤ ਕੋਲ ਆਏ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਦੇਖ ਤਾਂ ਚੱਲੀਏ ਨਾ ਸੱਤਾ ਕਿੰਨੀ ਕੁ ਹੈ ਸੋਨੀਪਤ ਦੇ ਜਿਹੜੇ ਮੁਗਲ ਉਸਰੇ ਰਾਜ ਕਰਨ ਵਾਲੇ ਸੀ ਬੰਦੇ ਬਹਾਦਰ ਨਾਲ ਧਾਬਾ ਬੋਲਿਆ ਉਹਨਾਂ ਨੂੰ ਮਾਰਿਆ ਕੁੱਟਿਆ ਉਹਨਾਂ ਦੇ ਖੋਏ ਖੋਏ ਹਥਿਆਰ ਖੋਏ ਉੱਥੇ ਲੈ ਕੇ ਚੱਲੇ ਉਹ ਬਜਾਏ ਇਹਦਾ ਮੁਕਾਬਲਾ ਕਰਦੇ ਦਿੱਲੀ ਨੂੰ ਤਾਂ ਭੱਜ ਗਿਆ ਮੁਕਾਬਲਾ ਨਹੀਂ
ਇੱਥੋਂ ਬੰਦੇ ਨੇ ਦੇਖਿਆ ਵੀ ਇਹ ਜਾਣਾ ਖੋਖਰੀਆਂ ਨੇ ਇਹਨਾਂ ਦੀਆਂ ਤੇ ਹੁਣ ਇਹ ਕਰ ਨਹੀਂ ਸਕਦੇ, ਇਸੇ ਆਸ਼ੇ ਨੂੰ ਲੈ ਕੇ ਆਇਆ ਤੇ 1710 ਵਿੱਚ ਅੰਦਾਜ਼ਾ ਲਾਓ ਤੁਸੀਂ ਕਿੰਨੇ ਚਿਰ ਚ ਪੁੱਜਿਆ ਉੱਥੋਂ ਆਸਪਤੀ ਤੱਕ। ਔਰ 1710 ਵਿੱਚ ਉਹਨੇ ਸੂਬਾ ਸਰਹੰਦ ਨੂੰ ਮਾਰ ਕੇ ਫਤਿਹ ਦਿਵਸ ਮਨਾ ਲਿਆ, ਖਾਲਸਾ ਰਾਜ ਗਿਆ। ਜੀ ਜੀ ਬਿਲਕੁਲ, 2 ਸਾਲਾਂ ਦੇ ਵਿੱਚ ਆਇਆ। ਔਰ ਗੁਰੂ ਸਾਹਿਬ ਦਾ ਜਿਹੜਾ ਉਹ ਸੀ, ਕੋ ਕਿਸੇ ਕੋ ਰਾਜ ਨਾ ਦੇ ਹੈ, ਜੋ ਲਿਆ ਨਿਜ ਬਲ ਤੇ ਲਿਆ, ਉਹਨੇ ਨਿਜ ਬਲ ਤੋਂ ਕਿੱਥੋਂ ਤੁਰ ਕੇ ਮਹਾਰਾਜ ਦਾ ਥਾਪੜਾ ਲੈ ਕੇ ਕਿੱਥੋਂ ਤੁਰ ਕੇ ਆਣ ਕੇ ਦੋ ਸਾਲ ਚ ਸਫ਼ਰ ਵੀ ਤੈਅ ਕੀਤਾ, ਆਪਣੀ ਯੂਨਿਟ ਵੀ ਬਣਾਈ, ਫੌਜ ਵੀ ਬਣਾਈ, ਲੋਕ ਵੀ ਨਾਲ ਲਾਏ, ਔਰ ਉਹਨਾਂ ਲੋਕਾਂ ਲਈ ਰਾਜ ਲਿਖਿਆ। ਚਲੋ ਇਹ ਉਹਦੀ ਬੜੀ ਵੱਡੀ ਦਿਆਨਤਦਾਰੀ ਸੀ ਵੀ ਉਹਨੇ ਜਿਹੜੇ ਇਲਾਕੇ ਨੂੰ ਫਤਿਹ ਕੀਤਾ ਆਪ ਨੇ ਸਾਂਭਿਆ, ਉਹ ਨਾਲ ਛੋਟੇ ਬੰਦੇ ਨੂੰ ਦਿੱਤਾ ਛੋਟੀ ਜਾਤ, ਇਹ ਵੀ ਉਹਦੀ ਵੱਡੀ ਵੱਡੀ ਇੱਕ ਸੋਚ ਸੀ। ਮੈਂ ਸਮਝਦਾ ਜਿਹਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਉਹਦੀ ਸੋਚ ਕੁਦਰਤੀ ਵਧੀਆ ਹੋਵੇ। ਦੇਖੋ ਉਹਨੇ ਜ਼ਿਮੀਦਾਰਾਂ ਨੂੰ ਹੱਥ ਦਿੱਤਾ ਉਸ ਵੇਲੇ, ਵੀ ਜ਼ਿਮੀਦਾਰ ਹੀ ਜ਼ਮੀਨ ਦੇ ਮਾਲਕ ਹੋਣਗੇ, ਯਾਨੀ ਬਹੁਤ ਵਧੀਆ। ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਜਿਹੜਾ ਵਿਸਾਖੀ ਦਾ ਦਿਹਾੜਾ ਹੈ, ਸਿੱਖ ਕੌਮ ਲਈ ਇੱਕ ਅਹਿਮ ਦਿਹਾੜਾ ਆ, ਇੱਕ ਬੜਾ ਬੜਾ ਸੰਦੇਸ਼ ਰੱਖਦਾ ਵੀ ਜਾਤੀ ਤੋਂ ਸਿੱਖ ਉੱਠ ਪਵੇ, ਫਿਰ ਉਹ ਗੁਰੂ ਦੇ ਨਾਲ ਇੰਨਾ ਕੁ ਪ੍ਰੀਤੀਵਾਨ ਹੋ ਜਾਏ ਵੀ ਉਹ ਗੁਰੂ ਨੂੰ ਹੀ ਡੈਡੀਕੇਟ ਹੋ ਜਾਏ। ਪਰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਵਿਸਾਖੀ ਵੀ ਮਨਾ ਰਹੇ ਹਾਂ, ਉਹਦਾ ਮੱਲਾ ਵੀ ਮਨਾ ਰਹੇ ਹਾਂ, ਦੀਵਾਲੀ ਵੀ ਮਨਾ ਰਹੇ ਹਾਂ, ਨੇਤਾ ਪ੍ਰਤੀ ਬੜੇ ਅਸੀਂ ਬੜੇ ਬੜੇ ਵੱਡੇ ਸੱਤ ਸਮਾਗਮ ਕਾਨਫਰੰਸ ਦੂਸਰੇ ਕੀਰਤਨ ਦਰਬਾਰ ਕਰਾ ਰਹੇ ਹਾਂ, ਪਰ ਸਾਡੇ ਚ ਖੋਖਲਾ ਪਾ ਰਿਹਾ, ਗੁਰੂ ਦੇ ਆਸ਼ੇ ਤੋਂ ਅਸੀਂ ਦੂਰ ਜਾ ਰਹੇ ਹਾਂ। ਜਾਂ ਤਾਂ ਅਸੀਂ ਮਨੀ ਮਾਈਂਡਡ ਹੋ ਗਏ ਹਾਂ, ਪਦਾਰਥਵਾਦੀ ਹੋ ਗਏ ਹਾਂ, ਅਸੀਂ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਉਹ ਰਸਤਾ ਦਿਖਾਇਆ ਸੀ, ਮਾਰਗ ਦਿਖਾਇਆ ਸੀ, ਉਹ ਸਾਡੇ ਚੋਂ ਕਮਤੀ ਚ ਆ ਗਿਆ, ਬਹੁਤ ਘੱਟ ਚਾ। ਮਹਾਰਾਜ ਦਾ ਇਹ ਟੀਚਾ ਸੀ ਵੀ 1.25 ਲੱਖ ਸੇਕ ਲੜਾਉ, ਜਦੋਂ ਅਸੀਂ ਇਹਨੂੰ ਹਿਸਟਰੀ ਚ ਪੜ੍ਹਦੇ ਹਾਂ ਤੇ ਚਮਕੌਰ ਦੀ ਗਲੀ ਵਿੱਚ ਤੇ ਬਾਹਰ ਗਿਣਤੀ ਲੱਖਾਂ ਚ ਤੇ ਅੰਦਰ ਟੇਬਲ 40 ਸਿੱਖ, 40 ਵੀ ਅੰਦਰ ਬੈਠੇ ਆ, ਉਹਨਾਂ ਚੋਂ 5 ਜਾ ਰਹੇ ਲੜਨ ਵਾਸਤੇ, ਤੇ 1.25 ਲੱਖ ਤੋਂ ਮੈਂ 1.25 ਲੱਖ ਤੋਂ ਵੱਧ ਬਣਦੇ ਆ, ਵੱਧ ਬਣ ਜਾਂਦੇ, 10 ਲੱਖ ਦਾ ਘੇਰਾ ਹੋਵੇ ਤੇ 2 ਲੱਖ ਬਣਦਾ ਇੱਕ ਬੰਦੇ ਨਾਲ। ਪਰ ਉਹ ਸਾਰੀ ਰਾਤ ਉਸ ਦਿਨ ਉਹਨਾਂ ਦਾ ਮੁਕਾਬਲਾ ਕਰਦੇ ਰਹੇ, ਸ਼ਹੀਦ ਹੁੰਦੇ ਰਹੇ, 10 ਲੱਖ ਦੀ ਹਿੰਮਤ ਨੀ ਪਈ ਕੱਚੀ ਗੜੀ ਜਾਣ ਕੇ ਬੰਦੇ ਨੂੰ। ਇਹ ਯਾਨੀ ਜਿਹੜੇ ਉਸ ਵੇਲੇ ਗੁਰੂ ਸਾਹਿਬ ਦੇ ਆਸ਼ੇ ਨੂੰ ਡੈਡੀਕੇਟ ਹੋ ਗਏ, ਗੁਰੂ ਸਾਹਿਬ ਨੂੰ ਉਹਨਾਂ ਨੇ ਸਮਰਪਿਤ ਕਰਤਾ, ਉਹਨਾਂ ਲਈ ਮੌਤ, ਉਹਨਾਂ ਲਈ ਕੋਈ ਡਰ ਭੈ ਨਹੀਂ ਸੀ ਰੱਖਦੇ। ਇਸ ਵਾਸਤੇ ਇਹਨਾਂ ਨੇ ਇਸ ਵਿਸਾਖੀ ਵਾਲੇ ਦਿਨ ਸਿੱਖਾਂ ਵਿੱਚ ਉਹ ਨਿਰਭੈਤਾ, ਉਹ ਸ਼ੂਰਵੀਰਤਾ, ਉਹ ਨਿਡਰਤਾ, ਉਹ ਉੱਚੇ ਅਖਲਾਕ ਦੀ ਜਿਹੜੀ ਸੀ ਨਾ ਦੇਣ, ਉਹ ਦਿੱਤੀ ਜਿਹੜੀ ਹੋਰ ਕਿਸੇ ਗੁਰੂ ਨੇ ਕਿਸੇ ਆਪਣੇ ਸਿੱਖ ਨੂੰ ਦਿੱਤੀ। ਔਰ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੀ ਸਿੱਖ ਕੌਮ ਨੂੰ ਫਖਰ ਹੋਣਾ ਚਾਹੀਦਾ ਕਿ ਸਾਡਾ ਜਨਮ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਮਕਦੀ ਤੇਜ ਤਲਵਾਰ ਦੀ ਧਾਰ ਵਿੱਚੋਂ ਖਾਲਸਾ ਤੇਗ ਦੀ ਧਾਰ ਦੇ ਵਿੱਚੋਂ ਜਨਮਿਆ ਹੋਇਆ। ਪਰ ਅੱਜ ਜਦੋਂ ਖਾਲਸੇ ਦੀਆਂ ਅਸੀਂ ਇਹ ਦੇਖਦੇ ਹਾਂ, ਇਵੇਂ ਹੀ ਪਿੱਛੇ ਸ਼੍ਰੋਮਣੀ ਕਮੇਟੀ ਵਿੱਚ ਇਹ ਸੀਗਾ ਵੀ ਬਾਹਰੀ ਵਿਦੇਸ਼ੀ ਹਮਲੇ ਹੋ ਰਹੇ ਆ ਸਿੱਖਾਂ ਦੇ ਉੱਤੇ, ਦਾਸ ਨੂੰ ਵੀ ਉਸ ਕਮੇਟੀ ਚ ਬੁਲਾਇਆ ਮੱਕੜ ਸਾਹਿਬ ਦੇ ਟਾਈਮ ਚ, ਮੈਂ ਵੀ ਉੱਥੇ ਲਿਖ ਕੇ ਦਿੱਤੇ ਬਿਆਨ, ਮੈਂ ਕਮੇਟੀ ਵੀ ਅਟੈਂਡ ਕੀਤੀ ਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਜਿਹੜੀ ਸਾਡੇ ਚ ਕਮਜ਼ੋਰੀ ਆ ਰਹੀ ਹੈ, ਸਾਡੀ ਪੱਗ ਨੂੰ ਕੋਈ ਹੱਥ ਲਾ ਰਿਹਾ, ਕਮਜ਼ੋਰੀ ਨਹੀਂ ਹੈ। ਇਹ ਤੋਂ ਪਹਿਲਾਂ ਮੈਂ ਕੈਨੇਡਾ, ਅਮਰੀਕਾ, ਡੈਨਮਾਰਕ, ਸਵੀਡਨ, ਨਾਰਵੇ, ਯੂਏ ਕੰਟੇ ਘੁੰਮ ਕੇ ਆ, ਕਿਸੇ ਨੇ ਮੇਰੀ ਪੱਗ ਨੂੰ ਹੱਥ ਨਹੀਂ ਲਾਇਆ, ਇਸੇ ਡੈਸ ਤੇ ਮੈਂ ਗਿਆ। ਸਿੱਖ ਦੀ ਪੱਗ ਨੂੰ ਕਿਉਂ ਉਤਾਰਿਆ ਜਾ ਰਿਹਾ? ਸਿੱਖ ਖੁਦ ਗਿਰ ਗਿਆ, ਕਰਦਾਰ ਤੋਂ ਗਿਰ ਗਿਆ, ਉਹਦੇ ਵਿੱਚ ਉਹਨੇ ਸਮੈਕ ਰੱਖ ਲਈ ਹੈ, ਸੋਨਾ ਰੱਖ ਲਿਆ ਵਿੱਚ, ਇਹ ਦੱਸਾ ਇਹਦੀ ਕੋਈ ਅਹਿਮੀਅਤ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਇਹ ਸਮੈਕ ਰੱਖਣ ਵਾਸਤੇ ਜਾਂ ਇਹ ਸੋਨਾ ਲੁਕਾਉਣ ਵਾਸਤੇ? ਇਹ ਨਹੀਂ, ਇਹ ਗਲਤ ਹੈ, ਜਿਹੜੀ ਇਹ ਗਲਤ ਗੱਲ ਹੈ ਉਹਦੇ ਨਾਲ ਸਾਡੀ ਕੋਈ ਪੱਗ ਨੂੰ ਹੱਥ ਪਾ ਰਿਹਾ ਹੈ। ਖਾਲਸੇ ਦੀ ਪੱਗ ਨੂੰ ਹੱਥ ਪਾਉਣ ਦੀ ਜ਼ਰੂਰਤ ਕਿਹਦੇ ਕੋਲੇ? ਨਹੀਂ ਪੰਨੇ ਕਰ ਸਕਦਾ ਕੋਈ, ਜਿਹੜੇ ਹਮਲੇ ਹੋ ਰਹੇ ਨੇ ਚਲੋ ਅੰਗਰੇਜ਼ੀ ਆਦਮੀ ਕੋ ਕਰਦੇ ਆ, ਪਰ ਉੱਥੇ ਸਾਡੀ ਪਹਿਚਾਣ 'ਚ ਫਰਕ ਪੈ ਗਿਆ, ਸਾਡੀ ਪਹਿਚਾਣ 'ਚ ਫਰਕ ਪੈ ਗਿਆ। ਜੇ ਕੋਈ ਗੋਲ ਪੱਗ ਬਣੇ, ਕੋਈ ਨੀਲੀ ਬਣੇ, ਕੋਈ ਕਾਲੀ, ਪੱਗਾਂ ਦੇ ਰੰਗ 'ਚ ਕੋਈ ਫਰਕ ਨਹੀਂ, ਬਟ ਸਾਨੂੰ ਆਪਣੀ ਪਹਿਚਾਣ ਬਣਾਉਣ ਵਾਸਤੇ, ਜਿੱਦਾਂ ਤੁਹਾਡਾ ਇਹ TV ਚੱਲਦਾ ਹੈ, ਇਹ ਗਨੂਰ ਸਿੱਖ ਸੰਗ ਚੱਲਦਾ ਹੈ, ਸਾਨੂੰ ਬਤਾਉਣਾ ਵੀ ਸਾਡਾ ਸਿੱਖ ਦੀ ਪੱਗ ਕਿਵੇਂ ਦੀ ਹੈ, ਸਾਡੇ ਸਿੱਖ ਦਾ ਦਾੜਾ ਕਿਵੇਂ ਦਾ, ਸਾਡੇ ਸਿੱਖ ਦਾ ਲਿਬਾਸ ਕੀ ਹੈ। ਤੇ ਜਦੋਂ ਅਸੀਂ ਆਪਣੇ ਆਪ ਨੂੰ ਟੋਟਲੀ ਦੂਸਰਿਆਂ ਨੂੰ ਵੱਖ ਕਰਕੇ ਦਿਖਾ ਦਿੱਤਾ, ਫਿਰ ਸਾਡੇ 'ਤੇ ਕੋਈ ਹਮਲਾ ਨਹੀਂ ਕਰੇਗਾ। ਹਮਲਾ ਤਾਂ ਕਰੇ ਜਦੋਂ ਅਸੀਂ ਘਿਓ ਨਾਲ ਉਹਦੇ ਨਾਲ ਅਸੀਂ ਉਦਾਂ ਦਾ ਪਹਿਰਾਵਾ ਪਾ ਕੇ ਉਦਾਂ ਹੀ ਸ਼ਕਲ ਬਣਾ ਕੇ ਅਸੀਂ ਨਿਕਲੇ। ਤੋ ਇਸ ਤਰ੍ਹਾਂ ਮਤਲਬ ਕਰਕੇ ਮੈਂ ਸਮਝਦਾ ਵੀ ਇਹ ਸਾਡੇ ਅਜੋਕੇ ਸਮੇਂ ਵਿੱਚ ਸਾਨੂੰ ਪੈਸੇ ਨੇ, ਸਾਡੇ ਚਰਿੱਤਰ ਵੱਲੋਂ, ਸਾਡੀ ਸੋਚ ਵੱਲੋਂ ਕੁਛ ਕਮੀਆਂ ਆਈਆਂ ਨੇ, ਇਸ ਵਾਸਤੇ ਜਿਹੜੇ ਉਹ ਲੋਕ ਕੋਈ ਸਾਡੇ 'ਤੇ ਹਮਲਾਵਰ ਹੋ ਰਹੇ। ਸਿੱਖ 'ਤੇ ਕੋਈ ਹਮਲਾ ਨਹੀਂ ਕਰ ਸਕਦਾ। ਜਦੋਂ ਸਿੱਖ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ,
ਗੁਰੂ ਸਾਧ ਮੰਨਣਾ ਤੇ ਗੁਰੂ ਸਾਧ ਚੱਕਦੇ ਹੋਏ ਦਵੇਕੇ ਦੀ ਜੁੱਤ ਕਿਹਦੀ ਕੰਮ ਲੱਗਾ। ਹੁਣ ਇਹਨਾਂ ਨੂੰ 84 ਦੇ ਦੰਗਿਆਂ ਵਿੱਚ ਸਿੱਖਾਂ ਨੇ ਮਾਰ ਖਾਧੀ। ਇਹਨਾਂ ਕੋਲ ਟੀਵੀ ਤੇ ਦੋ ਦੋ ਤਿੰਨ ਤਿੰਨ ਪਏ ਸੀ, ਕਾਰਾਂ ਸਕੂਟਰ ਤੇ ਚਾਰ ਚਾਰ ਖੜੇ ਸੀ, ਹੱਟੀਆਂ ਦੁਕਾਨਾਂ ਤੇ ਘਰਾਂ ਦੇ ਵਿੱਚ 10-10 ਕਿਸਮ ਦੀ ਸ਼ਰਾਬ ਤੇ ਪਈ ਸੀ। ਬੜੇਰਾ ਕੋਲ ਹਥਿਆਰ ਕਿਤੇ ਕੋਲ ਨਹੀਂ ਸੀ, ਜਿੱਥੇ ਹਥਿਆਰ ਸੀ ਉੱਥੇ ਮੁਕਾਬਲਾ ਪੂਰਾ ਹੋਇਆ, ਡਟ ਗਏ ਸੀ। ਸਿੱਖ ਨੂੰ ਰਵਾਇਤੀ ਤੌਰ ਤੇ ਜਿਹੜੇ ਹਥਿਆਰ ਰੱਖਣ ਦਾ ਅਧਿਕਾਰ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਵੱਡੀ ਜਦੋ ਜਹਿਦ ਤੋਂ ਬਾਅਦ ਲੈ ਕੇ ਦਿੱਤਾ। ਔਰ ਜਿਹੜੀ ਉਹਨਾਂ ਦੀ ਦੋ ਸ਼ਸਤਰ ਤੇ ਸ਼ਾਸਤਰ ਦੀਆਂ ਧਰਾਵਾਂ ਸੀ, ਜਦੋਂ ਉਹਨਾਂ ਨੇ ਦੋਨੋਂ ਜਿਹੜੀਆਂ ਸ਼ਸਤਰ ਸ਼ਾਸਤਰ ਸੰਤ ਕੋਲੇ ਕਰ ਦਿੱਤਾ, ਸ਼ਸਤਰ ਖਾਲਸੇ ਕੋਲ ਕਰਤਾ, ਤੇ ਦੋਨੋਂ ਆਪਣੇ ਆਪਣੇ ਮਿਸ਼ਨ ਚ ਕਾਇਮ ਰਹੇ। 2 ਸਾਲ ਗੁਰੂ ਸਾਹਿਬ ਤੋਂ ਬਾਅਦ ਜਾ ਕੇ ਰਾਜ ਕਾਇਮ ਕਰ ਲਿਆ। ਤੇ ਉਸ ਰਾਜ ਰਾਜ ਜਾਂਦਾ ਨਾ ਤੇ ਜੇ ਸਾਡੇ ਅਸੀਂ ਸਿੱਖ ਵੋਟ ਦੇਣਾ, ਆਪਸੀ ਪਾੜ ਦੇਣਾ, ਰਾਜ ਸਾਡਾ ਬੜਾ ਪੱਕਾ ਰਹਿੰਦਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ, ਉਹ ਵੀ ਸਾਡੀ ਘਰ ਦੀ ਫੁੱਟਣਾ, ਸਾਡੇ ਪੰਜੇ ਮਹਿਲਾਂ ਨੇ ਸਾਨੂੰ ਮਾਰਿਆ। ਸ਼ਿਵ ਕੁਮਾਰ ਬਟਾਲਵੀ ਦਾ ਇੱਕ ਹੈ, ਤੇ ਕੌਣ ਕਹੇ ਮੈਨੂੰ ਮੇਰੇ ਦੁਸ਼ਮਣਾਂ ਨੇ ਮਾਰਿਆ, ਮੈਨੂੰ ਤਾਂ ਮੇਰੇ ਯਾਰ ਮੇਰੇ ਦੋਸਤਾਂ ਨੇ ਮਾਰਿਆ। ਕੌਣ ਕਹੇ ਮੈਨੂੰ ਜੇਠ ਆ ਗਈ ਧੁੱਪਾਂ ਨੇ ਮਾਰਿਆ, ਮੈਨੂੰ ਤਾਂ ਸੋਹਣ ਭਾਦੋਂ ਦੀ ਸ਼ਬਨ ਮੈਂ ਮਾਰਿਆ। ਅਸੀਂ ਤਾਂ ਆਪ ਮਰਦੇ ਹਾਂ, ਸਿੱਖ ਤੇ ਕੋਈ ਹਮਲਾ ਨਹੀਂ ਕਰਦਾ। ਜਿਹੜੇ ਮੈਂ ਸਮਝਦਾ ਸਿੱਖ ਪੰਜ ਬਾਣੀਆਂ ਦਾ ਧਾਰਨੀ ਹੋਵੇ, ਬਾਣੀ ਬਾਣੇ ਦਾ ਧਾਰਨੀ ਹੋਵੇ, ਬਾਣੇ ਦਾ ਮਤਲਬ ਖਾਸ ਕੱਪੜੇ ਤੁਸੀਂ ਹੁਣ ਇੱਕ ਵੀ ਪੈਂਟ ਪਾਈ ਠੀਕ ਹੈ, ਮੈਂ ਆਪਣਾ ਪਹਿਰਾਵਾ ਪਾਇਆ। ਦਾਦਾ ਕੇਸ ਨਿਤ ਨੇਮ ਭਗਤੀ ਦਾ ਸਾਰ ਸਾਰਾ ਸਾਡਾ ਜੀਵਨ ਮੋਰੈਲਿਟੀ ਹੋਵੇ ਫਿਰ ਕੁਛ ਨਹੀਂ। ਵਿਸਾਖੀ ਸਾਨੂੰ ਇਹ ਸਿਖਾਉਂਦੀ ਹੈ ਕਿ ਤੁਸੀਂ ਜੋ ਕਮਾਉਣਾ ਖਾਣਾ ਤਾਂ ਸਾਰਿਆਂ ਨੇ ਆਪਣੇ ਲਈ, ਬੱਚਿਆਂ ਲਈ ਆਪਣੇ ਲਈ ਕਮਾਉਂਦੇ ਲੋਕ, ਸਾਨੂੰ ਇਹ ਸਿਖਾਉਂਦੀ ਹੈ ਤੇਰਾ ਕਿਰਦਾਰ ਕਿੱਦਾਂ ਦਾ ਹੋਵੇ, ਤੂੰ ਸਿੱਖ ਬਣ ਕੇ ਕਿਹੜੀ ਡਿਊਟੀ ਨਿਭਾਉਣੀ ਹੈ, ਕਿੱਦਾਂ ਤੂੰ ਜੀਵਨ ਬਤੀਤ ਕਰ। ਤੋ ਇਹ ਮੇਰੇ ਖਿਆਲ ਸਾਡੇ ਸਿੱਖ ਕੌਮ ਦੇ ਪੱਲੇ ਆਇਆ। ਕਈ ਤਿਉਹਾਰ ਦਾ ਲੋਕੀ ਤਿਉਹਾਰ ਦਾ ਅੱਗੇ ਵੀ ਬਹੁਤ ਮਨਾਉਂਦੇ, ਅਨੁਭੋਲਾ ਮਹੱਲਾ ਲੋਕੀ ਮਨਾਉਂਦੇ, ਲੋਕਾਂ ਦੀ ਜ਼ਿੰਦਗੀ ਗੁਜ਼ਰ ਤੇ ਸੁੱਟੀ ਜਾਂਦੇ ਆ। ਗੁਰੂ ਸਾਹਿਬ ਨੇ ਉਹਨੂੰ ਮੋਡੀਫਾਈ ਕੀਤਾ, ਉਹਨੇ ਹੋਲੇ ਤੋਂ ਹੱਲਾ ਲੈ ਕਰਕੇ 2 ਪਾਰਟੀਆਂ ਬਣਾ ਕੇ ਹੋਰਗੜ੍ਹ ਦੇ ਗੁਰਦੁਆਰੇ ਤੇ ਇੱਕ ਪਾਰਟੀ ਅੰਦਰ ਇੱਕ ਬਾਹਰ, ਉਹਨਾਂ ਨੂੰ ਜਿੱਤ ਦਾ ਹਾਰ ਦਾ ਔਰ ਜੰਗ ਦੇ ਨਿਯਮਾਂ ਨੂੰ ਢੰਗ ਨੂੰ ਉਹਨਾਂ ਨੂੰ ਸਿਖਾਉਣਾ ਕੀਤਾ। ਔਰ ਫਿਰ ਜੇ ਕਿਸੇ ਨੂੰ ਕਰਨਾ ਤੇ ਖੁਸ਼ੀ ਨਾਲ ਗੁਲਾਲ ਵਗੈਰਾ ਇਤਰ ਵਗੈਰਾ ਉਹਨਾਂ ਨੂੰ ਉਹਨੇ ਕੀਤੇ, ਵੀ ਆਦਮੀ ਦਾ ਜਿਹੜਾ ਦੂਸਰਾ ਉਹ ਬਣਿਆ ਰਹੇ। ਗੰਦ ਸੁੱਟਣ ਦਾ ਥੋੜੇ, ਗੰਦ ਤਾਂ ਦੂਸਰੇ ਲੋਕ ਸੁੱਟਦੇ ਸੀ। ਮਹਾਰਾਜ ਨੇ ਇਹਨੂੰ ਹੋਲੇ ਮਹੱਲੇ ਨੂੰ ਪਵਿੱਤਰ ਕੀਤਾ। ਦੂਸਰਾ ਨੇ ਕਿਹਾ ਸਿੱਖ ਮੇਰੇ ਚਾਰ ਮਿਲ ਕੇ ਬੈਠਣ, ਗੁਰਮਤੇ ਕਰਨ, ਗੁਰਬਾਣੀ ਪੜ੍ਹਨ, ਗੁਰ ਇਤਿਹਾਸ ਨੂੰ ਦੁਹਰਾਉਣ, ਇਹਨਾਂ ਦੀ ਮੋਰੈਲਿਟੀ, ਇਹਨਾਂ ਦੇ ਚਰਿੱਤਰ, ਇਹਨਾਂ ਦਾ ਕਰੈਕਟਰ ਜਿਹੜਾ ਨਾ ਉਹ ਉੱਪਰ ਉੱਠੇ। ਇਹਨਾਂ ਤਿਉਹਾਰਾਂ ਦਾ ਇਹ ਮਤਲਬ ਸੀ। ਬਿਲਕੁਲ, ਖਾਸ ਕਰਕੇ ਮੈਂ ਸਮਝਦਾ ਵਿਸਾਖੀ ਦਾ। ਵਿਸਾਖੀ ਦਾ ਬਿਲਕੁਲ, ਇਹ ਜਿਹੜੇ ਗੁਣ ਦਿੱਤੇ ਨੇ ਮਹਾਰਾਜ ਨੇ ਸਾਨੂੰ, ਇਹਨਾਂ ਗੁਣਾਂ ਦਾ ਹੀ ਸਤਿਕਾਰ ਹੈ। ਜਿੱਥੇ ਅੱਜ ਸਤਿਕਾਰ ਹੋ ਰਿਹਾ ਉਹ ਗੁਣਾਂ ਦਾ ਹੀ ਹੈ। ਹੁਣ ਜੇ ਅਮਰੀਕਾ ਤੇ ਕੈਨੇਡਾ, ਉਹਨਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਬੜੇ ਬੜੇ ਮਤੇ ਪਾਸ ਹੋ ਰਹੇ ਨੇ, ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਦੇ ਰੂਪ ਦੇ ਵਿੱਚ, ਮਤਲਬ ਉੱਥੋਂ ਦੀਆਂ ਸਰਕਾਰਾਂ ਜਾਂ ਉੱਥੋਂ ਦੀਆਂ ਪਾਰਲੀਮੈਂਟ ਜਿਹੜੀਆਂ ਨੇ ਉਹ ਉਹਨੂੰ ਪ੍ਰਵਾਨਗੀ ਦੇ ਰਹੀਆਂ ਨੇ। ਹੋਰ ਕਈ ਸਾਰੇ ਵੱਡੇ ਵੱਡੇ ਸਥਾਨਾਂ ਦੇ ਉੱਤੇ ਵਿਸਾਖੀ ਦੇ ਦਿਹਾੜੇ ਮਨਾਏ ਜਾ ਰਹੇ ਨੇ, ਤੇ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਜਿਸ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਜਿੰਨੀਆਂ ਸ਼ਤਾਬਦੀਆਂ ਮਨਾਈਆਂ, ਮੈਂ ਤਕਰੀਬਨ ਸਾਰੀਆਂ 'ਚ ਰਿਹਾ, ਇੱਕ ਦੋ 'ਚ ਨਹੀਂ ਜਾ ਸਕਿਆ, ਬਾਕੀ ਸਾਰੀ 'ਚ ਰਿਹਾ। ਤੇ ਮੈਂ ਦੇਖਿਆ ਵੀ ਲਾਸਟ ਵਾਲੇ ਦਿਨ ਨਾ ਮਤਲਬ ਖਾਲਸਾ ਰਗੜੀ ਪੈਂਦਾ। ਜਾਂ ਤਾਂ ਇਹ ਸੀ ਵੀ ਉਹਦੇ ਮਾਤਾ ਜੀਤੋ ਜੀ ਨੇ ਪਤਾਸੇ ਤਾਂ ਪਾਏ ਲਿਆ ਕੇ, ਤੇ ਜੇ ਕਿਲੋ ਕੁ ਹੋਰ ਪਾ ਦੇਣੀ, ਥੋੜੇ ਭਾਵੇਂ ਮਿੱਠੇ ਤੇ ਰਹਿੰਦੇ, ਠੰਡੇ ਰਹਿੰਦੇ, ਇਹ ਹੋਰ ਨਾ ਮਿਲੇ ਤਾਂ ਆਪਣੀ ਸਾਰੀ ਇੱਕ ਦੂਜੇ ਡਾਂਗੋ ਡਾਂਗੀ ਹੋ ਪੈਂਦੇ। ਇਹ ਸਾਨੂੰ ਸੋਚਣਾ ਚਾਹੀਦਾ ਵੀ ਅਸੀਂ ਕਰ ਕੀ ਰਹੇ ਹਾਂ, ਮਨਾ ਰਹੇ ਹਾਂ ਗੁਰੂ ਦਾ ਦਿਹਾੜਾ। 300 ਸਾਲਾਂ ਅਸੀਂ ਮਨਾਇਆ ਤੇ ਉੱਥੇ ਗੁਰਤਾ ਗੱਦੀ ਮਨਾਈ, ਔਰ ਲਾਸਟ ਟਾਈਮ ਵਿੱਚ ਵੀ ਉੱਥੇ ਵੀ ਇਹ ਕੁਛ ਹੋਇਆ। ਹਾਂਜੀ, ਪਟਨਾ ਸਾਹਿਬ ਗੁਰੂ ਮਨਾ ਰਹੇ ਸੀ, ਉੱਥੇ ਵੀ ਇਹ ਕੁਛ ਹੋਇਆ। ਯਾਨੀ ਹੱਥ ਤਾਂ ਹੋਇਆ, ਪਰ ਮੈਂ ਇਹ ਸਮਝਦਾ ਵੀ ਜੇ ਸਾਡੇ ਲੀਡਰ, ਸਾਡੇ ਪੰਥ ਨੂੰ ਚਲਾਉਣ ਵਾਲੇ ਥੋੜ੍ਹੀ ਜਿਹੀ ਸੋਚ ਕਰਨ, ਤਾਂ ਅਸੀਂ ਦੂਜੀਆਂ ਕੌਮਾਂ ਦੇ ਬਾਰੇ ਹਾਸੋਹੀਣੇ ਨਾ ਹੋ। ਯਾਨੀ ਅਸੀਂ ਜੇ ਮੈਂ ਕਹਾਂ ਵੀ ਮੈਨੂੰ ਸਾਰੇ ਮੰਨਣ, ਮੈਂ ਇਹਨਾਂ ਦਾ ਪ੍ਰਧਾਨ ਮੁਖੀ ਹੋ ਜਾ, ਮੈਨੂੰ ਇਹ ਸੋਚ ਛੱਡਣੀ ਚਾਹੀਦੀ। ਸਿੱਖਾਂ ਦੇ ਪਹਿਲੇ ਕਿਰਦਾਰਾਂ ਨੇ ਇਹ ਕਰਕੇ ਦੱਸਿਆ ਵੀ ਸਿੱਖ ਦਾ ਕਿਰਦਾਰ ਕੀ ਹੋਵੇ। ਨਵਾਬੀ ਆਈ ਹੈ ਤੇ ਨਵਾਬੀ ਨੂੰ ਕੋਈ ਲੈਣ ਲਈ ਤਿਆਰ, ਲੈਣ ਲਈ ਤਿਆਰ, ਭਾਈ ਕਪੂਰ ਸਿੰਘ ਘੋੜਿਆਂ ਦੀ ਲਿੱਤ ਹਟਾ ਰਿਹਾ, ਉਹਨੂੰ ਸੱਦਿਆ ਗਿਆ, ਉਹਨੂੰ ਕਹਿੰਦੇ ਵੀ ਨਵਾਬੀ ਆਈ ਤੈਨੂੰ ਦੇਣੀ, ਕਹਿੰਦਾ ਮੈਂ ਨੀ ਲੈਂਦਾ, ਮੈਂ ਤਾਂ ਘੋੜਿਆਂ ਦੀ ਲਿੱਤ ਆਉਂਦਾ ਸੇਵਾ ਕਰੂ। ਉਹ ਕਹਿੰਦੇ ਵੀ ਨਹੀਂ, ਇਹ ਤੈਨੂੰ ਕਰਨਾ ਪੈਣਾ। ਫਿਰ ਦੂਜੇ ਪਾਸੇ ਗੁਰੂ ਸਾਹਿਬ ਦਾ ਇਹ ਵੀ ਹੁਕਮ ਹੈ ਵੀ ਜਿਹੜਾ ਸੇਵਾ ਕਰਦਾ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ, ਤੇਰੀ ਸੇਵਾ ਸਫਲ ਹੈ, ਤੂੰ ਇਹਨੂੰ ਸਾਂਭ,
ਕਹਿੰਦਾ ਸਾਨੂੰ ਤਾਂ ਲਵਾਂ ਪਰ ਮੇਰੀ ਉਹ ਸੇਵਾ ਨਾ ਜਾਏ ਤੇ ਅੱਜ ਸਿੱਖ ਜਦੋਂ ਕਿੱਥੇ ਬੈਠਿਆ ਸੇਵਾ ਦਾ ਕੋਈ ਨਾਂ ਨੀ ਤੇ ਇਹ ਇਸੇ ਕਰਕੇ ਨਾ ਸਾਡੀ ਸੇਵਾ ਹੈ ਨਾ ਸਾਡਾ ਸਿਮਰ ਹੈ ਦੋ ਗੱਲਾਂ ਤੁਸੀਂ ਧੱਕਾ ਖਾ ਗਏ ਗੁਰੂ ਅਰਜਨ ਦੇਵ ਜੀ ਨੇ ਵੀ ਸੇਵਾ ਸਿਮਰਨ ਨੂੰ ਤਰਜੀਹ ਦਿੱਤੀ ਹੈ ਵੀ ਸੇਵਾ ਕਰਤ ਹੋਏ ਨੇ ਕੰਮ ਹੀ ਇਸ ਕੋ ਹੋਤ ਪ੍ਰਾਪਤ ਸਮ ਫਿਰ ਕਹਿੰਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਧਨ ਮਾਇ ਮਟਾਵੋ ਸਾਰੀ ਪੌੜੀ ਸਾਰੀ ਸਿਮਰ ਯਾਨੀ ਇਹ ਸਾਡੇ ਕੋਲ ਦੋਨੋਂ ਮੈਂ ਸਮਝਦਾ ਅੱਜ ਦੇ ਇਹ ਜਿਹੜਾ ਚਕਾ ਚੌਂਦ ਸੰਸਾਰ ਹੈ ਮਾਇਆਵੀ ਸੰਸਾਰ ਹੈ ਪਦਾਰਥਵਾਦੀ ਸੰਸਾਰ ਹੈ ਕਮਜ਼ੋਰੀਆਂ ਦੂਰ ਹੋਣ ਅਸੀਂ ਹੋਰ ਗੁਰੂ ਸਾਹਿਬ ਜੀ ਦੀ ਮਿਹਰ ਦੇ ਪਾਤਰ ਬਣ ਸਕੀਏ ਸੁਸੰਗਤ ਜੀ ਇੱਥੇ ਹੀ ਅੱਜ ਦੇ ਵਿਸ਼ੇ ਨੂੰ ਸਮੇਟਦੇ ਹੋਏ ਆਪ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਬਾਬਾ ਜੀ ਆਪ ਜੀ ਦਾ ਵੀ ਧੰਨਵਾਦ ਕਰਦੇ ਫਤਿਹ ਅਰਜ਼ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਪੀਵੇ ਸੁਣ ਸ਼ਬਦ ਵਿਚਾਰ ਚਿਮ ਚਿਮ ਬਰਸੈ ਅੰਮ੍ਰਿਤ ਧਾਰ।